ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਟੀ ਵੀ ਚੈਨਲ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ। ਵੱਖ ਵੱਖ ਸ਼ਖਸੀਅਤਾਂ ਦੀਆਂ ਇੰਟਰਵਿਊਜ਼, ਉਹਨਾਂ ਬਾਰੇ ਉਹਨਾਂ ਦੀ ਬੈਕਗਰਾਊਂਡ ਜਾਂ ਹੋਰ ਜਾਣਕਾਰੀ, ਜੇ ਕਿਸੇ ਨੇ ਕੋਈ ਵਧੀਆ ਕੰਮ ਕੀਤਾ ਸਾਡੇ ਸਮਾਜ ਵਿੱਚ, ਉੱਚ ਕੋਟੀ ਦੇ ਉਹ ਸ਼ਖਸੀਅਤ ਹੋਊਗੀ, ਉਸ ਨੂੰ ਅਸੀਂ ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਆਪਣੇ ਸਟੂਡੀਓ ਸੱਦਾ ਪੱਤਰ ਦਿੰਦੇ ਹਾਂ। ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਆਪਣੇ ਸਟੂਡੀਓ ਵਿੱਚ ਸੱਦਿਆ ਜਿਨ੍ਹਾਂ ਦਾ ਇਕਲੌਤਾ ਪੁੱਤਰ, ਇੱਕੋ ਇੱਕ ਬੇਟਾ ਅਮੈਰੀਕਾ ਵਿੱਚ ਜੰਮਿਆ ਪਲਿਆ। ਉਹ ਅਮੈਰੀਕਾ ਦੀ ਫੌਜ ਵਿੱਚ ਭਰਤੀ ਹੋਇਆ, ਉਸ ਤੋਂ ਬਾਅਦ ਅਫਗਾਨਿਸਤਾਨ ਗਿਆ, ਉੱਥੇ ਉਹ ਸ਼ਹੀਦੀ ਪਾ ਗਿਆ। ਮੇਰੀ ਮੁਰਾਦ ਆ ਗੁਰਪ੍ਰੀਤ ਸਿੰਘ, ਉਹਨਾਂ ਦੇ ਫਾਦਰ ਸਰਦਾਰ ਨਿਰਮਲ ਸਿੰਘ ਸਾਡੇ ਸਟੂਡੀਓ ਵਿੱਚ ਅੱਜ ਆਏ ਆ। ਗੁਰਪ੍ਰੀਤ ਸਿੰਘ ਦੀ 10ਵੀਂ ਬਰਸੀ ਆ 22 ਜੂਨ ਨੂੰ, ਉਸ ਬਾਰੇ ਅਸੀਂ ਕੁਛ ਗੱਲਾਂ ਬਾਤਾਂ ਕਰਾਂਗੇ, ਉਸ ਦੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਉਹਨਾਂ ਨੂੰ ਤਾਜ਼ਾ ਕਰਾਂਗੇ। ਗੁਰਦੁਆਰਾ ਸਾਹਿਬ ਰੋਜ਼ਵਿਲ ਸੈਕਰਾਮੈਂਟੋ ਵਿਖੇ ਗੁਰਪ੍ਰੀਤ ਦੀ ਬਰਸੀ ਵੀ ਮਨਾਈ ਜਾ ਰਹੀ ਹੈ, 10ਵੀਂ ਬਰਸੀ ਆ। ਬਹੁਤ ਸਾਰੇ ਲੋਕ ਉਸ ਵਿੱਚ ਸ਼ਾਮਿਲ ਹੁੰਦੇ ਆ ਹਰ ਸਾਲ, ਅਤੇ ਇਹ ਕਿਉਂਕਿ ਪੂਰਾ ਇੱਕ ਦਸ਼ਕ ਹੋ ਗਿਆ, ਉਸ ਕਰਕੇ ਇਹ ਇੱਕ ਖਾਸ ਅਹਿਮੀਅਤ ਰੱਖਦੀ ਆ ਇਸ ਵਾਰ ਦੀ ਬਰਸੀ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਨਿਰਮਲ ਸਿੰਘ ਹੋਰਾਂ ਨੂੰ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਰਦਾਰ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਮੇਲ ਵੱਲੋਂ ਸਲੂਟ ਕਰਦੇ ਹਾਂ ਜੀ ਤੁਹਾਡੇ ਬੇਟੇ ਨੂੰ। ਉਹਦੀ ਸ਼ਹਾਦਤ ਜਿਹੜੀ ਆ ਉਹ ਅਮੈਰੀਕਾ ਲਈ ਗਈ ਆ, ਕਿਉਂਕਿ ਅਸੀਂ ਕਹਿੰਦੇ ਹਾਂ ਜਿਵੇਂ ਕਿ ਜਿਹੜੇ ਕੰਟਰੀ ਵਿੱਚ ਅਸੀਂ ਰਹਿੰਦੇ ਹਾਂ ਉਹ ਸਾਡਾ ਆਪਣਾ ਕੰਟਰੀ ਹੁੰਦਾ। ਉਸ ਬੱਚੇ ਨੇ, ਉਸ ਨੌਜਵਾਨ ਨੇ ਇਸ ਕੰਟਰੀ ਲਈ ਸ਼ਹਾਦਤ ਦਿੱਤੀ ਆ, ਜਿੱਥੇ ਤੁਹਾਡੇ ਪਰਿਵਾਰ ਲਈ ਇਹ ਬੜੀ ਮਾਣ ਵਾਲੀ ਗੱਲ ਆ, ਉੱਥੇ ਸਿੱਖ ਕੌਮ ਲਈ, ਸਮੁੱਚੀ ਸਿੱਖ ਕੌਮ ਲਈ, ਦੁਨੀਆਂ ਭਰ ਦੇ ਸਿੱਖ ਜਿਹੜੇ ਆ ਉਹ ਇਸ ਵੇਲੇ ਮਾਣ ਮਹਿਸੂਸ ਕਰਦੇ ਆ ਕਿ ਅਮੈਰੀਕਾ 'ਚ ਜੇ ਸਿੱਖ ਰਹਿੰਦੇ ਆ ਤਾਂ ਆਪਣਾ ਸਮਝ ਕੇ ਰਹਿੰਦੇ ਆ, ਅਤੇ ਉਹ ਸ਼ਹੀਦੀਆਂ ਦੇਣ ਤੋਂ ਵੀ ਨਹੀਂ ਗਰਜ ਕਰਦੇ। ਅਤੇ ਇਹਦੇ ਬਚਪਨ ਬਾਰੇ ਥੋੜ੍ਹਾ ਜਿਹਾ ਦੱਸਿਓ ਕਿ ਗੁਰਪ੍ਰੀਤ ਕਦੋਂ, ਕਿੱਡਾ ਕਿੰਨੀ ਉਮਰ ਸੀ ਜਦੋਂ ਇਹ ਅਮੈਰੀਕਾ ਆ ਗਿਆ ਸੀ? ਇਹ ਜੀ ਉਹ ਬਚਪਨ ਦਾ ਜਨਮ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਦਾ ਹੋਇਆ ਜੀ, ਅਤੇ ਅਸੀਂ ਉਦੋਂ 11 ਕੁ ਸਾਲ ਦਾ ਸੀ ਹਜੇ ਜਦੋਂ ਇਹ ਅਸੀਂ ਅਮੈਰੀਕਾ 'ਚ ਆ ਗਏ। ਅੱਛਾ ਜੀ। ਅਸੀਂ 2000 ਸਨ, 2000 'ਚ ਆਏ ਸੀਗੇ, ਅਤੇ ਉਸ ਤੋਂ ਬਾਅਦ ਇੱਥੇ ਆਪਾਂ ਕੈਲੀਫੋਰਨੀਆ 'ਚ ਹੀ ਰਹੇ ਹਾਂ, ਅਤੇ ਮੁੜ ਕੇ ਸਕੂਲ ਦੀ ਪੜ੍ਹਾਈ ਜਿਹੜੀ ਇਹਨੇ ਪ੍ਰਾਇਮਰੀ ਤੋਂ ਲੈ ਕੇ ਸਾਰੀ ਇੱਥੇ ਸਕੂਲ, ਹਾਈ ਸਕੂਲ ਤੱਕ ਇੱਥੇ ਕੈਲੀਫੋਰਨੀਆ 'ਚ ਕੀਤੀ ਹੈ। ਅਤੇ ਜ਼ਿਆਦਾਤੌਰ 'ਤੇ ਇਹ ਮਤਲਬ ਆਪਾਂ ਐਂਟੀਲੋਪ, ਮੈਂ ਸੈਕਰਾਮੈਂਟੋ ਦੇ ਸਿਟੀ ਐਂਟੀਲੋਪ 'ਚ ਰਹਿੰਦੇ ਹਾਂ, ਪਰ ਪੜ੍ਹਾਈ ਜਿਹੜੀ ਰੋਜ਼ਵਿਲ ਹਾਈ ਸਕੂਲ 'ਚੋਂ ਕੀਤੀ, ਹੋਰ ਰੋਜ਼ਵਿਲ ਹਾਈ ਸਕੂਲ 'ਚੋਂ ਇਹ ਗ੍ਰੈਜੂਏਟ ਹੋਇਆ। ਰੋਜ਼ਵਿਲ, ਹਾਂਜੀ, ਓਕਮੌਂਟ ਹਾਈ ਸਕੂਲ ਰੋਜ਼ਵਿਲ ਦੇ ਵਿੱਚ, ਬਿਲਕੁਲ ਸਾਡੇ ਬਾਰਡਰ ਦੇ ਉੱਤੇ, ਮਤਲਬ ਰੋਜ਼ਵਿਲ ਸ਼ਹਿਰ ਸ਼ੁਰੂ ਹੋ ਜਾਂਦਾ, ਉੱਥੇ ਪੜ੍ਹਾਈ ਕੀਤੀ ਹੈ। ਪੜ੍ਹਾਈ 'ਚ ਕਿਸ ਤਰ੍ਹਾਂ ਸੀਗੇ? ਪੜ੍ਹਾਈ 'ਚ ਠੀਕ ਸੀਗਾ, ਪੜ੍ਹਾਈ 'ਚ ਮਤਲਬ ਜ਼ਿਆਦਾ ਨਹੀਂ, ਜ਼ਿਆਦਾ ਸ਼ਰਾਰਤੀ ਵੀ ਸੀਗਾ, ਇੱਧਰ ਪੜ੍ਹਾਈ ਵੀ ਠੀਕ ਹੀ ਸੀਗਾ, ਮਤਲਬ ਗ੍ਰੇਡ ਜਿੱਦਾਂ ਬੱਚੇ ਇੰਡੀਆ ਤੋਂ ਆਉਂਦੇ ਆ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਆ, ਵੀ ਐਵਰੇਜ ਸੀਗਾ, ਵੀ ਇੰਨਾ ਵੀ ਨਹੀਂ ਵੀ ਕਹਿ ਸਕਦੇ ਵੀ ਮਾੜਾ ਸੀ, ਨਹੀਂ ਮਾੜਾ ਨਹੀਂ ਸੀਗਾ, ਨਹੀਂ ਬਹੁਤ ਬਹੁਤ ਅੱਛੀ ਸੀ। ਕਿੰਨੇ ਬੱਚੇ ਆ ਜੀ ਤੁਹਾਡੇ? ਮੇਰੇ 2 ਹੀ ਬੱਚੇ, ਇੱਕ ਬੇਟੀ ਆ ਵੱਡੀ ਸੀਗੀ, ਅਤੇ ਇਹ ਛੋਟਾ ਬੇਟਾ ਸੀਗਾ, ਇੱਕੋ ਹੀ ਬੇਟਾ ਸੀ, ਇਹ ਬੇਟਾ। ਹਾਂਜੀ ਜੀ। ਪੜ੍ਹਾਈ ਤੋਂ ਇਲਾਵਾ ਇਹਦੀ ਕਿਹੜੀਆਂ ਕਿਹੜੀਆਂ ਹੋਰ ਇਹਦੀਆਂ ਪਸੰਦੀਦੀਆਂ ਚੀਜ਼ਾਂ ਸੀ? ਸਪੋਰਟਸ ਵਾਲ ਵੀ ਸੀਗਾ ਜਾਂ ਕੋਈ ਸ਼ਰਾਰਤਾਂ ਹੀ ਕਰਦਾ ਸੀ ਜਾਂ ਕੋਈ ਹੋਰ ਐਕਟੀਵਿਟੀ ਵੀ ਹੈਗੀ ਸੀ ਇਹਦੀ? ਹੋਰ ਜਿੱਦਾਂ ਪੜ੍ਹਾਈ ਤੋਂ ਇਲਾਵਾ ਜਿੱਦਾਂ ਐਕਟੀਵਿਟੀ, ਉਹਦਾ ਫਰੈਂਡਾਂ ਨਾਲ ਸੀਗੀ ਵੀ ਐਕਟੀਵਿਟੀ, ਜਾਂ ਗੁਰਦੁਆਰੇ ਚੱਲ ਜਾਣਾ ਜਦੋਂ ਸਮਝ ਲੱਗਣ ਲੱਗ ਪਈ, ਤਾਂ ਸੇਵਾ ਗੁਰਦੁਆਰੇ ਦੀ ਕਾਫੀ ਜਾ ਕੇ ਕਰਦਾ ਹੁੰਦਾ, ਜਦੋਂ ਐਤਵਾਰ ਦਾ ਪ੍ਰੋਗਰਾਮ ਹੁੰਦਾ ਗੁਰਦੁਆ ਘਰ ਦੇ ਵਿੱਚ ਜਾ ਕੇ, ਫਿਰ ਵੈਕਿਊਮ ਵੈਕਿਊਮ ਕਰਦਾ ਸੀ, ਬਾਕੀ ਫਰੈਂਡਾਂ ਦੇ ਨਾਲ ਘੁੰਮਦਾ ਨਾ, ਉੱਦਾਂ ਨੇਚਰ ਸੀ ਮਜ਼ਾਕ ਕਰਨ ਦੀ, ਸ਼ੁਕਰ ਕਰਨ ਦੀ, ਇਸ ਤਰ੍ਹਾਂ ਦੀ ਨੇਚਰ ਕਾਫੀ ਜ਼ਿਆਦਾ ਸੀਗੀ, ਹੈਗਾ ਚੁਸਤੀ ਸੀਗਾ ਪੂਰਾ, ਹਾਂਜੀ ਚੁਸਤ ਪੂਰਾ ਸੀਗਾ, ਠੀਕ ਹੈ, ਹੱਸਣਾ ਖੇਡਣਾ, ਹਾਂਜੀ ਹਾਂਜੀ। ਤੁਸੀਂ ਗੁਰਦੁਆਰੇ ਦੀ ਗੱਲ ਕੀਤੀ, ਸੇਵਾ ਵੀ ਕਰਦਾ ਰਿਹਾ? ਹਾਂਜੀ ਹਾਂਜੀ, ਸੇਵਾ ਹੋਰ ਵੀ ਕਹਿਣਾ, ਐਤਵਾਰ ਨੂੰ ਕਹਿਣਾ, ਮੈਂ ਕਿਹਾ ਸਵੇਰੇ ਜਲਦੀ ਜਲਦੀ, ਕਹਿੰਦਾ ਨਹੀਂ ਮੈਂ ਠਹਿਰ ਕੇ ਜਾਣਾ, ਅਤੇ ਜਿਸਰੋਂ ਭੋਗ ਪੈ ਗਿਆ ਤਾਂ ਫਿਰ ਸਾਰਾ ਉੱਥੇ ਮਤਲਬ ਸਫਾਈ ਕਰਕੇ ਕਾਰਪੇਟ ਵਗੈਰਾ ਦੀ, ਫਿਰ ਵਾਪਸ ਆਉਂਦਾ ਹੁੰਦਾ ਸੀ ਜਦੋਂ ਵੀ ਟਾਈਮ ਮਿਲੇ। ਜਿਹੜੇ ਬੱਚੇ ਆ ਬਹੁਤ ਘੱਟ ਆ ਜਿਹੜੇ ਗੁਰੂ ਘਰਾਂ 'ਚ ਜਾ ਕੇ ਸੇਵਾ ਕਰਨੀ ਉਹ ਆਪਣਾ ਸਮਝਦੇ ਆ ਵੀ ਜ਼ਰੂਰ ਚੰਗੀ ਚੀਜ਼ ਹੈ। ਨਹੀਂ ਗੁਰੂ ਘਰ ਤਾਂ ਵੈਸੇ ਮੋਸਟਲੀ ਐਵਰੀ ਸੰਡੇ ਜਾਂਦਾ ਹੀ ਸੀ, ਇੱਦਾਂ ਜਾਂਦਾ ਸੀ ਜਦੋਂ ਅਸੀਂ ਜਿੰਨਾ ਚਿਰ ਅਸੀਂ ਜਾਂਦੇ ਸੀ। ਤੁਹਾਡੇ ਕਿਹੜਾ ਗੁਰਦੁਆਰਾ ਪੈਂਦਾ ਜੀ ਸੈਕਰਾਮੈਂਟੋ 'ਚ? ਸਾਡੇ ਉਸ ਵਕਤ ਮਤਲਬ ਰੋਜ਼ਵਿਲ ਦੇ, ਰੋਜ਼ਵਿਲ 'ਚ ਸੀ ਗੁਰਦੁਆਰਾ, ਰੋਜ਼ਵਿਲ ਹੀ ਗੁਰਦੁਆਰੇ ਜਾਂਦੇ ਸੀ, ਜਿਹੜਾ ਅੱਜ ਕੱਲ੍ਹ ਮੇਨ ਸਟਰੀਟ ਦੇ ਉੱਤੇ ਆ,
ਤੇ ਪਹਿਲਾਂ ਉਹ ਬੇਸ ਲਾਈਨ ਦੇ ਉੱਤੇ ਹੁੰਦਾ ਸੀਗਾ ਜੀ। ਕਿੰਨੀ ਉਮਰ ਸੀ ਜਦੋਂ ਇਹਨੇ ਪਹਿਲੀ ਵਾਰੀ ਸੋਚਿਆ ਕਿ ਮੈਂ ਮਿਲਟਰੀ ਜਾਣਾ? ਸੋਚ ਰਿਹਾ ਤਾਂ ਜਦੋਂ ਇਹਨੇ ਗ੍ਰੈਜੂਏਸ਼ਨ ਕੀਤੀ 12ਵੀਂ ਕਲਾਸ ਹੋਣ ਤੋਂ ਪਹਿਲਾਂ, ਹਜੇ ਗ੍ਰੈਜੂਏਟ ਹੋਇਆ ਨਹੀਂ ਸੀ, ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਸਾਨੂੰ ਕਹਿ ਦਿੱਤਾ ਵੀ ਮੈਂ ਮਿਲਟਰੀ ਦੇ ਵਿੱਚ ਜਾਣਾ, ਵੀ ਮੈਂ ਮਰੀਨ ਜੁਆਇਨ ਕਰਨੀ ਆ ਜੀ। ਅਤੇ ਸਾਨੂੰ ਥੋੜ੍ਹਾ ਜਿਹਾ ਸੁਣ ਕੇ ਵੀ ਹੈਰਾਨੀ ਹੋਈ ਵੀ, ਮੈਂ ਕਿਹਾ ਵੀ ਔਖਾ ਆ ਇਸ ਟਾਈਮ, ਉੱਥੇ ਬਹੁਤ ਜ਼ਿਆਦਾ ਵੀ ਹਾਲਾਤ ਖਰਾਬ ਨੇ, ਇੱਥੇ ਵੀ ਬਹੁਤ ਕੈਜੂਐਲਟੀਜ਼ ਵੀ ਹੁੰਦੀਆਂ ਸੀ, ਪਤਾ ਸੁਣਦੇ ਸੀਗੇ, ਕਿਉਂਕਿ ਚਲੋ ਆਪਾਂ ਨੂੰ ਤਾਂ ਇੰਨਾ ਬਹੁਤਾ ਪਤਾ ਨਹੀਂ ਹੁੰਦਾ ਸੀ ਕਿਉਂਕਿ ਆਪਾਂ ਖਬਰਾਂ 'ਚ ਸੁਣਦੇ ਹੁੰਦੇ ਸੀ, ਪਰ ਨਹੀਂ ਕਹਿੰਦਾ ਨਹੀਂ ਮੈਂ ਜਾਣਾ, ਮੈਂ ਕੁਛ ਨਾ ਕੁਛ ਕਰਨਾ ਚਾਹੁੰਦਾ ਇੱਦਾਂ। ਫਿਰ ਮੈਂ ਕਿਹਾ ਚਲੋ ਕਦੇ ਵੀ ਹੌਲੀ ਹੌਲੀ ਫਾਈਨਲ ਹੀ ਕਰ ਲਿਆ ਉਹਨਾਂ ਵੀ ਹਜੇ ਵੀ ਮੈਂ ਜੁਆਇਨ ਹੀ ਕਰਨਾ, ਪਰ ਉਹ ਇਨਲਿਸਟਮੈਂਟ ਦੇ ਵਿੱਚ ਤਾਂ ਉਹ ਹੁਣ ਆਪਣਾ ਗ੍ਰੈਜੂਏਸ਼ਨ ਹੋਣ ਤੋਂ ਪਹਿਲਾਂ ਹੀ ਨਾਂ ਦਰਜ ਕਰਵਾ ਲਿਆ ਸੀ। ਅੱਛਾ। ਅਤੇ ਉਹ ਕਿਉਂਕਿ ਬੇਟਾ ਜਦ ਤੱਕ ਉਹ ਗ੍ਰੈਜੂਏਟ 18 ਸਾਲ ਦਾ 17 ਸਾਲ ਤੋਂ ਉੱਪਰ ਨਹੀਂ ਹੁੰਦਾ ਜੀ, ਉਹਨਾਂ ਚਿਰ ਉਹ ਜਾ ਨਹੀਂ ਸੀ ਸਕਦਾ, ਅਤੇ ਉਹਨਾਂ ਚਿਰ ਨਾਂ ਦਰਜ ਕਰਵਾ ਲਿਆ ਸੀ, ਤਾਂ ਥੋੜ੍ਹੀ ਬਹੁਤੀ ਜਿਹੜੀ ਇੱਥੇ ਲੋਕਲ ਜਿਹੜੇ ਰਿਕਰੂਟਰ ਆ ਉਹ ਟ੍ਰੇਨਿੰਗ ਦਿੰਦੇ, ਉੱਥੇ ਜ਼ਰੂਰ ਉੱਥੇ ਜਾਣ ਲੱਗ ਪਿਆ ਸੀ ਉਹਨਾਂ ਦੇ ਨਾਲ ਜਦੋਂ ਛੁੱਟੀਆਂ ਹੋ ਜਾਂਦੀਆਂ। ਦਾ ਜਜ਼ਬਾ ਉਹਦੇ 'ਚ ਹੈਗਾ ਸੀ ਵੀ ਜਿਹੜੇ ਕੰਟਰੀ ਨੇ ਉਹਦੀ ਮੈਂ ਦੇਸ਼ ਭਗਤੀ 'ਚ ਹਿੱਸਾ ਆਪਣਾ ਯੋਗਦਾਨ ਪਾਉਣਾ? ਦੇਸ਼ ਭਗਤੀ ਦਾ ਜਜ਼ਬਾ ਉਹਦੇ ਜਿਹੜਾ ਇੱਥੇ ਆਣ ਕੇ ਜਾਂਦਾ ਪਿਆ ਸਕੂਲ ਦੇ ਵਿੱਚੋਂ ਕੁਛ ਗੱਲਾਂ ਬਾਤਾਂ ਕਰਨਾ ਜਾਂ ਕਿਸੇ ਨਾਲ ਮਿਲ ਤੁਲ ਕੇ ਵੀ ਉਹਨੂੰ ਪਿਆ, ਜਿੱਦਾਂ ਵੀ ਕਾਫੀ ਦੇਰ ਤੋਂ ਕਰਦਾ ਰਿਹਾ ਜਦੋਂ ਉਹ ਇੱਦਾਂ ਦੀਆਂ ਮੂਵੀ ਦੇਖਣੀ। ਵੈਸੇ ਉਹਦੀ ਖਾਸੀਅਤ ਇਹ ਸੀ ਕਿ ਬਾਰਡਰ ਮੂਵੀ ਜਿਹੜੀ ਸੀ ਇੰਡੀਆ ਦੀ ਉਹ ਬਹੁਤ ਜ਼ਿਆਦਾ ਦੇਖਦਾ ਹੁੰਦਾ ਸੀ, ਉਹਨੂੰ ਪੱਕੀ ਵੀਡੀਓ VCR 'ਤੇ ਹੁੰਦਾ, ਉਦੋਂ VCR ਹੁੰਦੇ ਸੀ, ਤਾਂ ਉਹਨੇ ਉਹਦੀ ਵੀਡੀਓ ਲਿਆ ਕੇ ਰੱਖੀ ਹੁੰਦੀ ਸੀ, ਉਹਨੂੰ ਬਹੁਤ ਦੇਖਦਾ। ਤਾਂ ਅਸੀਂ ਕਿਹਾ ਚਲੋ ਜਦੋਂ ਆਮ ਦੇਖਦੇ ਹਾਂ ਵੀ ਸ਼ਾਇਦ ਪਸੰਦ ਹੋਵੇ, ਲੇਕਿਨ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਤਾਂ ਹੀ ਪਹਿਲੇ ਹੀ ਇੱਦਾਂ ਦਾ ਇੰਟਰਸਟ ਸੀਗਾ ਉਹਦੇ ਵਿੱਚ ਜਾਣ ਦਾ। ਕਿਸੇ ਨੇ ਇਨਕਰੇਜ ਵੀ ਕੀਤਾ ਸੀ ਇਹਨੂੰ ਵੀ ਤੂੰ ਮਿਲਟਰੀ 'ਚ ਹੀ ਜਾ, ਜਾਂ ਕੋਈ ਸਕੂਲੋਂ ਜਾਂ ਕਿਸੇ ਨੇ ਜਾਂ ਤੁਹਾਡੇ ਰਿਸ਼ਤੇਦਾਰਾਂ 'ਚੋਂ ਜਾਂ ਕਿਸੇ ਨੇ ਜਾਂ ਯਾਰਾਂ ਦੋਸਤਾਂ? ਨਹੀਂ, ਨਾ ਫੈਮਿਲੀ 'ਚੋਂ ਵੀ ਨਹੀਂ ਕਿਸੇ ਨੇ ਵੀ ਕੀਤਾ, ਨਾ ਕਿ ਰਿਸ਼ਤੇਦਾਰਾਂ 'ਚੋਂ ਕੀਤਾ। ਸਾਨੂੰ ਤਾਂ ਵੈਸੇ ਬਹੁਤਾ ਇੰਨਾ ਪਤਾ ਵੀ ਨਹੀਂ ਸੀ ਵੀ ਇੱਥੇ ਦੀ ਮਿਲਟਰੀ ਦਾ ਕੀ ਹਿਸਾਬ ਕਿਤਾਬ ਆ, ਕਿੱਦਾਂ ਲੋਕ ਮਿਲਟਰੀ 'ਚ ਜਾਂਦੇ ਆ। ਜਿੱਦਾਂ ਇੱਥੇ ਪੜ੍ਹਾਉਣ, ਸਾਡਾ ਤਾਂ ਏਮ ਸੀਗਾ ਵੀ ਚਲੋ ਕੁਛ ਪੜ੍ਹ ਲਏ, ਪੜ੍ਹ ਕੇ ਕਦੋਂ ਕਦੇ ਚੰਗੀ ਜੋਬ ਇੱਥੇ ਲੱਗ ਜਾਏਗੀ। ਪਰ ਉਹ ਅਚਾਨਕ ਹੀ ਜਿੱਦਾਂ ਵੀ ਉਹ ਥੋੜ੍ਹੇ 6 ਮਹੀਨੇ ਰਹਿੰਦੇ ਸੀ ਗ੍ਰੈਜੂਏਟ ਹੋਣ ਤੋਂ, ਉਦੋਂ ਕੋਈ ਉਹਨੂੰ ਕਹਿ ਦਿੱਤਾ ਵੀ ਮੈਂ ਤਾਂ ਮਰੀਨ ਜੁਆਇਨ ਕਰਨੀ ਆ, ਅਤੇ ਉਹਨੂੰ ਫਿਰ ਆਪਣਾ ਡਿਸੀਜਨ ਲੈ ਲਿਆ ਪਿਆ ਸੀ, ਤਾਂ ਫਿਰ ਕਿਹਾ ਵੀ ਤੇਰੀ ਮਰਜ਼ੀ ਵੀ ਤੂੰ ਤੂੰ ਦੇਖ ਲਾ, ਹੈਗਾ ਔਖਾ ਆ। ਤੁਹਾਡੇ ਖਾਨਦਾਨ 'ਚ ਕੋਈ ਹੋਰ ਵੀ ਮਿਲਟਰੀ 'ਚ ਹੈਗੇ ਸੀ? ਸਾਡੇ ਖਾਨਦਾਨ ਦੇ ਵਿੱਚੋਂ ਸਾਡੇ ਮੇਰੇ ਤਾਇਆ ਜੀ ਰਹੇ ਆ ਮਿਲਟਰੀ ਦੇ ਵਿੱਚ, ਅਤੇ ਲੇਕਿਨ ਉਹ ਤਾਂ ਇਸ ਗੱਲ ਦਾ ਪਤਾ ਸੀ ਵੀ ਸਾਡੇ ਖਾਨਦਾਨ 'ਚ? ਹਾਂ, ਉਹਨੂੰ ਇਹ ਪਤਾ ਸੀਗਾ ਵੀ ਤਾਇਆ ਜੀ ਸਾਡੇ ਵੀ, ਕਿਉਂਕਿ ਮੇਰੇ ਤਾਂ ਸਾਡੇ ਤਾਇਆ ਜੀ ਦਾ ਸਾਡੇ ਘਰ ਜਦੋਂ ਅਸੀਂ ਸ਼ਹਿਰ 'ਚ ਰਹਿੰਦੇ ਸੀ ਅਤੇ ਤਾਇਆ ਜੀ ਸਾਡੇ ਪਿੰਡ ਰਹਿੰਦੇ ਸੀ, ਤਾਂ ਉਹਨਾਂ ਦਾ ਆਉਣਾ ਜਾਣਾ ਕਾਫੀ ਸੀਗਾ, ਅਤੇ ਉਹ ਮਤਲਬ ਉਹਨਾਂ ਨਾਲ ਪਤਾ ਸੀ ਉਹਨੂੰ ਵੀ ਇਹ ਮਿਲਟਰੀ 'ਚ ਰਹੇ ਹੋ ਪੁਰਾਣੇ, ਅਤੇ ਉਹ ਵੈਸੇ ਸਾਡੇ ਤਾਇਆ ਜੀ ਤਾਂ ਆਜ਼ਾਦ ਹਿੰਦ ਫੌਜ 'ਚ ਵੀ ਰਹੇ ਆ, ਉਹਦੇ 'ਚ ਰਹੇ ਆ, ਬਰਮਾ ਦੀ ਲੜਾਈ 'ਚ ਵੀ ਰਹੇ, ਸੁਭਾਸ਼ ਚੰਦਰ ਬੋਸ ਨਾਲ? ਹਾਂਜੀ ਹਾਂਜੀ, ਉਹ ਆਜ਼ਾਦ ਹਿੰਦ ਫੌਜ, ਹਾਂਜੀ ਉਹਨਾਂ ਦੇ ਵਿੱਚ ਰਹੇ ਸੀ, ਬਰਮਾ ਦੀ ਲੜਾਈ ਦੇ ਵਿੱਚ ਵੀ ਉੱਥੇ ਸਮਝ ਲਓ ਕੈਦੀ ਵਾਂਗੂ ਜੰਗਲਾਂ 'ਚ ਵੀ ਰਹੇ ਆ, ਬੜੀ ਕਾਫੀ ਦੇਰ ਬਾਅਦ ਗੁੰਮ ਵੀ ਰਹੇ, 2 ਸਾਲ ਬਾਅਦ ਪਤਾ ਲੱਗਾ। ਹਾਂਜੀ, ਹੈਗੇ ਹਾਲੇ ਕਿ ਕਿਸ ਤਰ੍ਹਾਂ? ਨਹੀਂ, ਹੁਣ ਉਹ ਪੂਰੇ ਹੋ ਗਏ, ਸਾਡੇ ਇੱਥੇ ਅਮਰੀਕਾ ਆਉਣ ਤੋਂ ਪਹਿਲਾਂ ਪੂਰੇ ਹੋ ਗਏ ਸੀਗੇ। ਇਹ ਕਿੰਨੀ ਉਮਰ ਸੀ ਇਹਦੀ ਜਦੋਂ ਇਹ ਮਿਲਟਰੀ ਚਲਾ ਗਿਆ ਮਰੀਨ 'ਚ? ਹਾਂਜੀ, 17 ਸਾਲ ਹੀ ਸੀਗਾ ਸਰ, 17 ਸਾਲ ਪੂਰੇ ਹੋਏ ਸੀਗੇ ਤਾਂ ਚਲਾ ਗਿਆ ਸੀ, 18ਵੇਂ 'ਚ ਲੱਗੇ ਤਾਂ। ਠੀਕ ਹੈ। ਹਾਂਜੀ, ਪਹਿਲਾਂ ਇਹਦੀ ਟ੍ਰੇਨਿੰਗ ਹੋਈ ਇੱਥੇ ਕਿਸ ਤਰ੍ਹਾਂ? ਨਹੀਂ, ਟ੍ਰੇਨਿੰਗ ਜਿਹੜੀ ਹੈ ਜਦੋਂ ਜੁਆਇਨ ਕਰਦੇ ਮਰੀਨ, ਅਤੇ ਫਿਰ ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਸੈਨਡੀਆਗੋ ਬੇਸ 'ਤੇ, ਸੈਨਡੀਆਗੋ ਇਹਨਾਂ ਦਾ ਮਰੀਨ ਕੋਰ ਦਾ ਕੈਲੀਫੋਰਨੀਆ ਰਿਕਰੂਟਿੰਗ ਹੈਗਾ ਬੇਸ ਆ, ਉੱਥੇ ਉੱਥੇ ਟ੍ਰੇਨਿੰਗ ਹੁੰਦੀ ਸਾਰੀ, ਉਹ ਹੁੰਦੀ ਆ 3 ਮਹੀਨੇ ਦੀ, 90 ਦਿਨ ਦੀ ਹੁੰਦੀ। 3 ਮਹੀਨੇ ਦੀ ਕਰਦੇ? 3 ਮਹੀਨੇ ਦੀ ਕਰਦੇ। ਇੰਡੀਆ ਵਾਲਾ ਸਿਸਟਮ ਨੇ ਵੀ ਉੱਥੇ 9 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ, ਅਤੇ ਫਿਰ ਨਹੀਂ, 3 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ, 3 ਮਹੀਨੇ ਜਿਹੜੀ ਉਹ 3 ਮਹੀਨੇ ਦੀ ਆ। ਹਾਂਜੀ, 3 ਮਹੀਨੇ ਫਿਰ ਉਹ ਤੁਸੀਂ ਉਹ ਕੱਟ ਆਫ ਕਰ ਦਿੰਦੇ ਘਰ ਨਾਲੋਂ। ਅੱਛਾ। ਤੁਸੀਂ ਨਾ ਤੁਸੀਂ ਕਾਲ ਕਰ ਸਕਦੇ, ਨਾ ਤੁਸੀਂ ਮਿਲ ਸਕਦੇ, ਨਾ ਉਹ ਕਿਸੇ ਬਾਹਰਲੇ ਬੰਦੇ ਨਾਲ ਮਿਲ ਸਕਦੇ, ਉਹ 3 ਮਹੀਨੇ ਨਹੀਂ, ਬਿਲਕੁਲ ਐਂ ਪੱਕਾ ਕਰਦੇ ਵੀ ਤੁਸੀਂ ਇਕੱਲੇ ਰਹਿਣਾ ਅਤੇ ਕਿੱਦਾਂ ਰਹਿਣਾ। ਓਕੇ। ਹਾਂਜੀ, ਇੱਕ ਤਰ੍ਹਾਂ ਬ੍ਰੇਨ ਵੀ ਵਾਸ਼ ਕਰਦੇ ਹੋਣਗੇ ਉੱਥੇ ਵੀ, ਬਸ ਹੁਣ ਤੁਸੀਂ ਇਹ ਤਾਂ ਚਲੋ ਉਹਨਾਂ ਨੂੰ ਟ੍ਰੇਨਿੰਗ ਵਾਲਿਆਂ ਨੂੰ ਪਤਾ ਵੀ ਮਿਲਟਰੀ ਲਈ ਆ ਵੀ ਮਿਲਟਰੀ ਲਈ ਡੈਡੀਕੇਟ ਹੋ ਤੁਸੀਂ ਹੁਣ। ਹਾਂਜੀ, ਇਹ ਨਹੀਂ ਹੈਗਾ ਵੀ ਤੁਸੀਂ ਹੁਣ ਫੈਮਿਲੀ ਨਾਲ ਜਾਂ ਜਿੰਨਾ ਚਿਰ ਤੁਸੀਂ ਇੱਥੇ ਜੋਬ ਕਰਨੀ ਇੱਥੇ ਹੀ ਬਸ ਇੱਥੇ ਹੀ ਰਹਿਣਾ, ਜੁੜੇ ਰਹਿਣਾ। ਹਾਂਜੀ ਹਾਂਜੀ ਜੀ ਜੀ। ਕਿੱਥੇ ਕਿੱਥੇ ਪੋਸਟਿੰਗ ਆਦੀ ਹੋਈ ਸੀ ਇਹਦੀ ਬਿਗਨਿੰਗ 'ਚ ਆਫਟਰ ਟ੍ਰੇਨਿੰਗ? ਟ੍ਰੇਨਿੰਗ ਤੋਂ ਬਾਅਦ ਫਿਰ ਤਾਂ ਜਿੱਦਾਂ ਪਹਿਲੇ ਬੇਸ ਰਹੇ, ਤਾਂ ਫਿਰ ਜ਼ਿਆਦਾ ਫਿਰ ਕੈਂਪ ਡੈਲਟਨ ਰਿਹਾ, ਕੈਂਪ ਡੈਲਟਨ ਨੇ ਆ ਕੇ ਨਾ ਵੀ ਇਹਨਾਂ ਦਾ ਕੁਛ ਜਿੱਦਾਂ ਡਿਵਾਈਡ ਕਰ ਦਿੰਦੇ ਵੀ ਥੋੜ੍ਹੇ ਬੰਦਿਆਂ ਨੂੰ ਕੈਂਪ ਡੈਲਟਨ ਲਾਇਆ,
ਤੇ ਦੋ ਇੱਕ ਇੱਕ ਪਹਿਲੀ ਜਿਹੜੀ ਡਿਪਲੋਇਮੈਂਟ ਦੋ ਵਾਰੀ ਡਿਪਲੋਇਮੈਂਟ ਕੀਤੀ ਅਫਗਾਨਿਸਤਾਨ ਦੀ ਪਹਿਲੀ ਡਿਪਲੋਇਮੈਂਟ ਜਦੋਂ ਕੀਤੀ ਸੀ ਉਦੋਂ ਕੈਂਪ ਡਾਇਰੈਕਟਰ ਨਹੀਂ ਸੀ ਬੇਸ 'ਤੇ ਉੱਤੋਂ ਫਿਰ ਵਾਪਸ ਜਾ ਕੇ ਜੇ ਤਾਂ ਦਸ ਅੱਠ ਕੁ ਨੌ ਮਹੀਨੇ ਰਹਿੰਦੇ ਉੱਥੇ ਨੌ ਮਹੀਨੇ ਬਾਅਦ ਫਿਰ ਵਾਪਸ ਜਦੋਂ ਆਏ ਉਸ ਤੋਂ ਬਾਅਦ ਫਿਰ ਇੱਧਰ ਕੈਲੀਫੋਰਨੀਆ 'ਚ ਪੈਂਦਾ ਲਾਸ ਵੈਗਸ ਦੇ ਨੇੜੇ ਇੱਕ ਬੇਸ ਹੈਗਾ ਅਤੇ ਉਹ ਉੱਥੇ ਵੀ ਉੱਥੇ ਫਿਰ ਟ੍ਰੇਨਿੰਗ ਲਾਸ ਵੈਗਸ ਜਿਵੇਂ ਬਾਰਡਰ ਪੈ ਜਾਂਦਾ ਨਵਾਡਾ ਦਾ ਅਤੇ ਹਾਂਜੀ ਪਰ ਉਹ ਕੈਲੀਫੋਰਨੀਆ ਦੇ ਵਿੱਚ ਇੱਕ ਸਾਈਡ ਨੂੰ ਇੱਕ ਬੇਸ ਹੈ ਇਹਨਾਂ ਦਾ ਹੈਗਾ ਉੱਥੇ ਵੀ ਟ੍ਰੇਨਿੰਗ ਦਿੰਦੇ ਡੈਜ਼ਰਟ ਦੇ ਵਿੱਚ ਹੀ ਆ ਜਾਂਦਾ ਉੱਥੇ ਰਹਿੰਦਾ ਸੀ ਵੀ ਉੱਥੋਂ ਤੋਂ ਫਿਰ ਜਦੋਂ 15-20 ਦਿਨ ਬਾਅਦ ਕਿਤੇ ਜਦੋਂ ਵੀਕਐਂਡ 'ਤੇ ਛੁੱਟੀ ਹੁੰਦੀ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਨਾਲ ਦੇ ਮੁੰਡਿਆਂ ਦੇ ਨਾਲ ਉਹ ਆ ਜਾਂਦਾ ਸੀ ਉਹ ਵੀ ਇਹਦੇ ਜਿੱਦਾਂ ਵੀ ਕਾਰ ਸੀਗੇ ਵੀ ਇਕੱਠੇ ਆ ਜਾਣਾ ਇਹਨੇ ਕਾਰ ਆਪਣੀ ਰੱਖੀ ਸੀਗੀ ਅਤੇ ਆ ਜਾਣਾ ਉਹ ਤੋਂ ਉਹ ਮੁੰਡੇ ਨਾਲ ਦੇ ਮੁੰਡੇ ਫਿਰ ਇੰਡੀਅਨ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਸੀਗੇ ਉਹ ਫਿਰ ਅਮੈਰੀਕਨ ਸੀ ਇਹਦੇ ਨਾਲ ਦੇ ਫਰੈਂਡ ਉਹਨਾਂ ਨੇ ਕਹਿਣਾ ਵੀ ਜਾ ਹੁਣ ਘਰੋਂ ਜਦੋਂ ਗਿਆ ਤਾਂ ਆਉਂਦੇ ਹੋਏ ਸਾਡੇ ਆਹਾ ਕੁਛ ਬਣਾ ਕੇ ਲਿਆਈ ਜ਼ਿਆਦਾ ਭਿੰਡੀਆਂ ਦਾ ਬਹੁਤ ਸ਼ੌਕੀਨ ਸੀਗਾ ਭਿੰਡੀਆਂ ਬਣਾ ਕੇ ਲਿਜਾਣੀਆਂ ਅਤੇ ਇੱਦਾਂ ਕਈ ਚੀਜ਼ਾਂ ਇੱਦਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾਂਦੇ ਜਦੋਂ ਘਰ ਆਉਂਦਾ ਸੀ ਕਦੇ ਐਕਸਪੀਰੀਅੰਸ ਵੀ ਦੱਸਦਾ ਹੋਣਾ ਮੈਂ ਕੀ ਟ੍ਰੇਨਿੰਗ ਕਰਕੇ ਆਇਆ ਅਤੇ ਕਿਸ ਤਰ੍ਹਾਂ ਉੱਥੇ ਮੇਰੀ ਰਹਿਣ ਦਾ ਬੰਦੋਬਸਤ ਜਿਸ ਤਰ੍ਹਾਂ ਸਟ੍ਰਿਕਟ ਜ਼ਿਆਦਾ ਸੀਗੇ ਜਿੱਦਾਂ ਵੀ ਬੱਚਿਆਂ ਨੂੰ ਉਹਨੂੰ ਹੁੰਦਾ ਵੀ ਤੁਸੀਂ ਬੇਸ ਬਾਰੇ ਜਾਂ ਮਿਲਟਰੀ ਬਾਰੇ ਕੁਛ ਦੱਸਣਾ ਨਹੀਂ ਘਰ ਜਾ ਕੇ ਉਹ ਬਹੁਤੀ ਗੱਲ ਨਹੀਂ ਬਸ ਕਿ ਹਾਂ ਠੀਕ ਆ ਉੱਥੇ ਟ੍ਰੇਨਿੰਗ ਮੈਨੂੰ ਉਹ ਫਰੈਂਡ ਮਿਲਿਆ ਇੱਕ ਵਾਰੀ ਉਹ ਜਿਹੜਾ ਉੱਧਰ ਬੇਸ ਸੀਗਾ ਡੈਜ਼ਰਟ 'ਚ ਉੱਥੇ ਇੱਕ ਮੁੰਡਾ ਹੋਰ ਟਕਰਿਆ ਤਾਂ ਉਹ ਮੁੰਡਾ ਇਹਨੂੰ ਪੰਜਾਬੀ 'ਚ ਗੱਲ ਕੀਤੀ ਉਹਨੂੰ ਫਿਰ ਉਹਨੂੰ ਪੁੱਛਿਆ ਤੂੰ ਕਹਿੰਦਾ ਕਹਿੰਦਾ ਵੀ ਕਹਿੰਦਾ ਮੈਂ ਵੀ ਉੱਥੇ ਹੈਗਾ ਉਹ ਆਪਣਾ ਸਿੰਘ ਹੀ ਸੀ ਮੁੰਡਾ ਲੇਕਿਨ ਉਹਦੇ ਨਾਲ ਵਾਲਵੇ ਕਹਿੰਦਾ ਇੱਕ ਹੋਰ ਮਿੰਡੇ ਨੂੰ ਇੰਡੀਅਨ ਟੱਕਰਿਆ ਉਹ ਵੀ ਬੜੀ ਖੁਸ਼ੀ ਨਾਲ ਦੱਸਿਆ ਵੀ ਮੈਨੂੰ ਇੱਕ ਹੋਰ ਮੁੰਡਾ ਉੱਥੇ ਨਵਾਂ ਗਿਆ ਅਤੇ ਉਹ ਵੀ ਟ੍ਰੇਨ ਉੱਥੇ ਟ੍ਰੇਨਿੰਗ ਕਰਦਾ ਸੀਗਾ ਤਾਂ ਮੈਂ ਉੱਥੇ ਉਦੋਂ ਇਹ ਟ੍ਰੇ ਥੋੜ੍ਹੇ ਜਿੱਦਾਂ ਆਪਣੇ ਗਰੁੱਪ ਨੂੰ ਜਿੱਦਾਂ ਲੀ ਉਹਨੂੰ ਟ੍ਰੇਨਿੰਗ ਦਿੰਦਾ ਹੁੰਦਾ ਸੀ ਉੱਥੇ ਪਹਿਲੇ ਅਸੀਂ ਗੱਲਬਾਤ ਕਰ ਰਹੇ ਹਾਂ ਗੁਰਪ੍ਰੀਤ ਸਿੰਘ ਜਿਹੜਾ ਸ਼ਹੀਦੀ ਦੇ ਗਿਆ ਸੀਗਾ ਅਮੈਰੀਕਨ ਫੌਜ ਵਿੱਚ ਰਹਿ ਕੇ ਉਹਨਾਂ ਦੇ ਫਾਦਰ ਆ ਨਿਰਮਲ ਸਿੰਘ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਗੱਲਬਾਤ ਇਸੇ ਤਰੀਕੇ ਨਾਲ ਜਾਰੀ ਰਹੇਗੀ ਤੁਸੀਂ ਬਣੇ ਰਹੋ ਪੰਜਾਬ ਮਿਲਣਾ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟ ਸੇਮ ਡੇ ਲੈਂਡ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਉਂਟਿੰਗ ਐਂਡ ਟੈਕਸ ਸਰਵਿਸਿਜ਼ ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ MC ICC ਅਥਾਰਿਟੀ US ਡਾਟ ਨੰਬਰ UCR ਪਰਮਿਟਸ BOC 3 ਫਾਈਲਿੰਗ CA ਨੰਬਰ MCP EPN ਇਨਰੋਲਮੈਂਟ PIT ਇਨਰੋਲਮੈਂਟ NM ਪਰਮਿਟ KYU ਨੰਬਰ ਨਿਊਯਾਰਕ ਹਟ ਪਰਮਿਟ ਓਰੇਗਨ ਪਰਮਿਟ ਓਰੇਗਨ ਬੌਂਡਸ ਹਾਈਵੇ ਯੂਜ ਟੈਕਸ ਟ੍ਰੇਲਰ ਪਲੇਟਸ ਟਾਈਟਲ ਟ੍ਰਾਂਸਫਰ ਟੈਕਸ ਐਗਜ਼ੈਂਪਸ਼ਨ ਦੀਆਂ ਸੇਵਾਵਾਂ ਵੀ ਦਿੰਦੇ ਨੇ ਇਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530-908-9396 530-908-9386 ਜਾਂ ਫਿਰ ਸੇਵਾ ਸਿੰਘ ਪਿੰਡਰ ਨੂੰ 530-405-6020 530-405-6020 ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹਾਜ਼ਰ ਹਾਂ ਇੱਕ ਮੁਲਾਕਾਤ ਪ੍ਰੋਗਰਾਮ ਲੈ ਕੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਉਸ ਮਹਾਨ ਸ਼ਹੀਦ ਦੇ ਫਾਦਰ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਦੇਸ਼ ਲਈ ਯਾਨੀ ਕਿ ਜਿੱਥੇ ਅਸੀਂ ਰਹਿੰਦੇ ਹਾਂ ਅਮੈਰੀਕਾ ਇਸ ਕੰਟਰੀ ਲਈ ਮਿਲਟਰੀ ਵਿੱਚ ਭਰਤੀ ਹੋ ਕੇ ਆਪਣੀ ਸ਼ਹਾਦਤ ਦਿੱਤੀ ਮੇਰੀ ਬਰਾਦ ਆ ਗੁਰਪ੍ਰੀਤ ਸਿੰਘ ਉਹਨਾਂ ਦੇ ਫਾਦਰ ਨਿਰਮਲ ਸਿੰਘ ਸਾਡੇ ਸਟੂਡੀਓ ਵਿੱਚ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਦੂਜੇ ਹਿੱਸੇ ਵਿੱਚ ਅਸੀਂ ਪੁੱਛਾਂਗੇ ਕਿ ਕਿਸ ਤਰੀਕੇ ਨਾਲ ਇਹ ਪਹਿਲੀ ਵਾਰੀ ਅਨਾਊਂਸ ਹੋਇਆ ਸੀ ਇਹਦੇ ਬਾਰੇ ਕਿ ਇਹਨੇ ਕਿਸੇ ਬਾਹਰਲੇ ਕੰਟਰੀ ਵਿੱਚ ਜਾਣਾ ਕਿਸੇ ਲੜਾਈ 'ਚ ਸ਼ਾਮਿਲ ਹੋਣ ਲਈ ਅੱਛਾ ਪਹਿਲੀ ਵਾਰ ਤਾਂ ਚਲੋ ਪਤਾ ਸੀਗਾ ਜਾਣਾ ਇੱਕ ਵਾਰੀ ਜਾਣਾ ਹੁੰਦਾ ਡਿਪਲੋਇਮੈਂਟ ਜਾਣਾ ਇੱਕ ਮਰਜ਼ੀ ਆ ਉਹਨਾਂ ਦੀ ਕਿੰਨੀ ਵਾਰੀ ਮਰਜ਼ੀ ਵੀ ਭੇਜ ਸਕਦੇ ਆ ਲੇਕਿਨ ਮਿਨੀਮਮ ਘੱਟੋ ਘੱਟ ਤਾਂ ਇੱਕ ਵਾਰੀ ਤਾਂ ਭੇਜ ਦਿੰਦੇ ਆ ਇਹ ਡਿਪੈਂਡ ਕਰਦਾ ਤੁਹਾਨੂੰ ਕਿਸੇ ਵੀ ਕੰਟਰੀ 'ਚ ਭੇਜ ਸਕਦੇ ਆ ਜ਼ਰੂਰੀ ਨਹੀਂ ਵੀ ਜਿੱਦਾਂ ਜਿੱਥੇ ਲੜਾਈ ਹੋ ਰਹੀ ਆ ਜਾਂ ਉਹ ਹੋਰ ਕੰਟਰੀ ਜਪਾਨ 'ਚ ਵੀ ਭੇਜਦੇ ਆ ਹੋਰ ਕੰਟਰੀਆਂ 'ਚ ਵੀ ਜਾਂਦੇ ਆ ਜਰਮਨ 'ਚ ਜਾ ਕੇ ਬੈਠੇ ਹੋਏ ਮੁੰਡੇ ਅਤੇ ਅਰਬ ਕੰਟਰੀਆਂ 'ਚ ਵੀ ਜਾ ਕੇ ਬਿਠਾ ਦਿੰਦੇ ਆ ਲੇਕਿਨ ਇਹਦੀ ਦੋਨੇ ਡਿਪਲੋਇਮੈਂਟ ਅਫਗਾਨਿਸਤਾਨ 'ਚ ਹੋਈਆਂ ਤੇ ਪਹਿਲੀ ਤਾਂ ਜੱਜ ਅਫਗਾਨਿਸਤਾਨ ਜਾ ਕੇ ਆ ਗਿਆ ਸੀ ਦੂਜੀ ਵਾਰ ਵੀ ਕਹਿੰਦਾ ਸੀ ਕਹਿੰਦਾ ਜਾਣਾ ਤਾਂ ਪੈਣਾ ਹੀ ਆ ਪਹਿਲਾਂ ਆਪਾਂ ਪਹਿਲੀ ਦੀ ਗੱਲ ਕਰੀਏ ਹਾਂਜੀ ਪਹਿਲੀ ਵਾਰੀ ਜਦੋਂ ਅਫਗਾਨਿਸਤਾਨ ਗਿਆ ਤੇ ਇਹ ਕਿੰਨੀ ਦੇਰ ਦੀ ਇਹਦੀ ਸਰਵਿਸ ਹੋ ਚੁੱਕੀ ਸੀ ਉਦੋਂ ਉਦੋਂ ਇਹਦੀ ਹਜੇ 2.5 ਸਾਲ ਹੋਈ ਸੀ ਦੋ ਢਾਈ ਸਾਲ ਨੌ ਮਹੀਨੇ ਉੱਥੇ ਰਹਿਣਾ ਸੀ 2.5 ਸਾਲ ਬਾਅਦ ਗਿਆ ਸੀ ਦੋ 2.5 ਸਾਲ ਦੇ ਬਾਅਦ 2.5 ਸਾਲ ਬਾਦ ਹਾਂਜੀ ਹਾਂਜੀ ਫਿਰ ਨੌ ਮਹੀਨੇ ਵਿੱਚ ਰਹਿਣਾ ਸੀ ਉੱਥੇ ਪਹਿਲੀ ਜਿਹੜੀ ਇਹਦੀ ਡਿਪਲੋਇਮੈਂਟ ਅਫਗਾਨਿਸਤਾਨ 'ਚ ਹੋਈ ਹਾਂਜੀ
ਔਰ ਮਤਲਬ 9 ਮਹੀਨੇ ਦੀ ਡਿਪਲੋਇਮੈਂਟ ਹੁੰਦੀ ਆ। ਅੱਛਾ 9 ਮਹੀਨੇ ਉੱਥੇ ਰਹਿਣਾ ਪੈਂਦਾ। 9 ਮਹੀਨੇ ਉੱਥੇ ਰਹਿਣਾ ਪੈਂਦਾ। ਉਹ ਪਾ ਕੇ ਇਹਦੇ 3.5 ਬਣ ਗਏ ਸੀ ਜਦੋਂ 9 ਮਹੀਨੇ ਰਹਿ ਕੇ ਆ ਕੇ ਮੁੜ ਕੇ 3.5 ਇਹਦੇ ਬਣ ਗਏ ਸੀ ਡਿਪਲੋਇਮੈਂਟ ਦੇ ਵਿੱਚ। ਮਤਲਬ ਮੇਰੇ ਪੁੱਛਣ ਦਾ ਮਤਲਬ ਇਹ ਵੀ 9 ਮਹੀਨੇ ਉੱਥੇ ਰਹਿਣਾ ਪੈਂਦਾ। ਡਿਪਲੋਇਮੈਂਟ 9 ਮਹੀਨੇ ਤੱਕ ਘੱਟੋ ਘੱਟ ਆ। ਕੋਈ ਛੁੱਟੀ ਨਹੀਂ। ਨਹੀਂ ਉਹਦੇ ਵਿੱਚ ਉੱਥੇ ਰਹਿਣਾ ਹੁੰਦਾ ਹੁੰਦਾ ਉਹ ਤਾਂ ਕਿਉਂਕਿ ਬਾਹਰਲੇ ਕੰਟਰੀ ਜਾਂ ਲੜਾਈ ਦੇ ਵਿੱਚ ਵਿਅਸਤ ਰਹਿਣਾ ਜਾਂ ਬਾਹਰ ਜਾਣਾ ਫੀਲਡ ਦੇ ਵਿੱਚ ਜਿੱਥੇ ਲੜਾਈ ਹੋ ਰਹੀ ਹੈ। ਜਿੱਥੇ ਲੜਾਈ ਤਾਂ ਇੱਕ ਕਿਸਮ ਦੀ ਉਹ ਗੁਰਿੱਲਾ ਵਾਰ ਟਾਈਪ ਹੀ ਆ ਵੀ ਆਹਮੋ ਸਾਹਮਣੇ ਫੌਜਾਂ ਦੀ ਲੜਾਈ ਤਾਂ ਨਹੀਂ ਉਹ ਲੁਕ ਕੇ ਕਰਦੇ ਆ। ਜਿਹੜੀ ਅਫਗਾਨਿਸਤਾਨ ਦਾ ਗਿਆ ਤਾਂ ਉੱਥੇ ਉਹਨਾਂ ਦਿਨਾਂ 'ਚ ਮੇਰੇ ਖਿਆਲ 2011 ਦੀ ਗੱਲ ਲੈਣਾ। ਹਾਂਜੀ 2011 'ਚ ਕਿੰਨੇ ਤਰ੍ਹਾਂ ਦੀਆਂ ਫੋਰਸਿਸ ਸੀਗੀਆਂ ਉੱਥੇ ਅਮਰੀਕਾ ਦੀਆਂ? ਹਾਂਜੀ ਫੋਰਸ ਅਮਰੀਕਾ ਦੀ ਫੌਜ ਜਿਹੜੀ ਮਿਲਟਰੀ ਆ ਮਿਲਟਰੀ ਦੀ ਸਾਰੀ ਸਾਰੇ ਕੋਰਸ ਹੁੰਦੀ ਹੈ ਜਿਵੇਂ ਏਅਰਫੋਰਸ ਵੀ ਉੱਥੇ ਹੀ ਹੈ, ਆਰਮੀ ਵੀ ਉੱਥੇ ਹੀ ਹੈ, ਨੇਵੀ ਵੀ, ਮਰੀਨਸ ਹੈ। ਜਿਹੜੇ ਮਰੀਨਸ ਆ ਇਹਨਾਂ ਦਾ ਕੰਮ ਜ਼ਿਆਦਾ ਲੜਾਈ ਦਾ ਕੰਮ ਮਰੀਨਸ ਕੋਲ ਵੀ ਹੈ ਅਤੇ ਆਰਮੀ ਕੋਲ ਵੀ, ਫਰੰਟ 'ਤੇ ਜਾ ਕੇ ਲੜਦੇ ਆ। ਹਾਂਜੀ ਅਤੇ ਏਅਰਫੋਰਸ ਫੇਸ ਟੂ ਫੇਸ ਇੱਦਾਂ ਹੁੰਦੀ ਕਿ ਉਹ ਜਿਹੜੇ ਪਤਾ ਲੱਗਦਾ ਵੀ ਇਹਨਾਂ ਨੂੰ ਕਿਸੇ ਜਗ੍ਹਾ 'ਤੇ ਲੁਕੇ ਹੋ ਆ ਜਾਂ ਉੱਥੇ ਹੈਗੇ ਉਸ ਪਿੰਡ ਦੇ ਵਿੱਚ ਜਾਂ ਕਿਤੇ ਬਾਹਰ ਖੇਤਾਂ 'ਚ ਜਾਂ ਕੋਈ ਬਿਲਡਿੰਗ 'ਚ, ਅਤੇ ਫੇਸ ਟੂ ਫੇਸ ਆਉਂਦਾ ਵੀ ਉਹ ਜਿਹੜੇ ਤੁਰੇ ਜਾਂਦੇ ਹੁੰਦੇ ਉਹ ਅੱਗੇ ਗੋਲੀਆਂ ਵੀ ਚੱਲ ਪੈਂਦੀਆਂ ਵੀ ਆਹਮੋ ਸਾਹਮਣੇ ਵੀ ਲੜਾਈ ਹੋ ਜਾਂਦੀ ਆ। ਅਤੇ ਜ਼ਿਆਦਾ ਤੌਰ 'ਤੇ ਇਹ ਲੜਾਈ ਜ਼ਿਆਦਾ ਉਹਨਾਂ ਦੀ ਹੈਗੀ ਆ ਵੀ ਉਹਨਾਂ ਨੇ ਬੰਬ ਦੱਬੇ ਹੁੰਦੇ ਆ ਰਸ ਪੈਰਾਂ ਸੜਕ 'ਤੇ, ਉਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਇਹਨਾਂ ਨੇ ਪੈਦਲ ਜਾਣਾ, ਉਹ ਫਿਰ ਉਹਨਾਂ ਨੇ EID ਜਿਹਨੂੰ ਕਹਿੰਦੇ ਉਹ ਦੱਬੇ ਹੁੰਦੇ ਵੀ ਜਦੋਂ ਜਾਣਗੇ ਬਲੋ ਹੋ ਜਾਣਗੇ ਤਾਂ। ਲੇਕਿਨ ਉਸ ਇਹਨਾਂ ਕੋਲ ਥੋੜ੍ਹੀ ਜਿਹੀ ਫੈਸਿਲਿਟੀ ਹੈ ਵੀ ਉਹ ਪਹਿਲਾਂ ਇੱਕ ਬੰਦਾ ਨਾਲ ਇਹਨਾਂ ਦੇ ਹੁੰਦਾ ਜਿਹੜਾ ਉਹਨੂੰ ਉਹ ਚੈੱਕ ਕਰਦਾ ਰਹਿੰਦਾ, ਲੱਭਦਾ ਰਹਿੰਦਾ ਵੀ ਇਹਦੇ ਵਿੱਚ ਹੈ ਨਹੀਂ ਉਹ ਜੋ ਸਿਸਟਮ ਉਹ ਅੱਗੇ ਤੁਰਿਆ ਉਹ ਦਮੋਰੇ ਰਸਤੇ 'ਚ ਘੁੰਮਾਉਂਦਾ ਜਾਂਦਾ ਮਸ਼ੀਨ ਜੀ ਨੂੰ, ਅਤੇ ਉਹ ਫਿਰ ਉਹਨੂੰ ਜੇ ਜਿਹੜੇ ਆਵਾਜ਼ ਆ ਜਾਂਦੀ ਵੀ ਇੱਥੇ ਕੁਛ ਹੈਗਾ ਫਿਰ ਉਹਨੂੰ ਫਿਰ ਡੀਐਕਟੀਵੇਟ ਕਰਕੇ ਫਿਰ ਅੱਗੇ ਜਾਂਦੇ ਵੀ ਇੱਥੇ ਵਿੱਚ ਪਿਆ ਹੈਗਾ। ਡੀਐਕਟੀਵੇਟ ਵੀ ਆ ਵੀ ਕਰਦੇ ਆ? ਹਾਂਜੀ ਨਾਲ ਸਕੈਡ ਹੁੰਦਾ ਬੰਦਾ। ਹਾਂਜੀ ਡੀਐਕਟੀਵੇਟ ਸਕੈਡ ਸਾਰਾ ਕੁਝ ਡਾਕਟਰ ਵਗੈਰਾ ਜਿੱਦਾਂ ਜਿਹੜੇ ਵੀ ਜਾਂਦੇ ਆ ਨਾਲ ਇੱਕ ਮੈਡੀਕਲ ਦਾ ਵੀ ਨਾਲ ਬੰਦਾ ਹੁੰਦਾ ਕਿਸੇ ਦੇ ਗੋਲੀ ਲੱਗ ਜਾਏ ਜਾਂ ਕੁਛ ਹੋ ਜਾਏ ਉਹਨੂੰ ਇਮੀਡੀਏਟ ਡਾਕਟਰ ਵੀ ਨਾਲ ਜਾਂਦੇ? ਹਾਂਜੀ ਉਹ ਮੈਡੀਕਲ ਸਟਾਫ ਹੁੰਦਾ ਜਿੱਦਾਂ ਉਹਨੂੰ ਪਤਾ ਹੁੰਦਾ ਵੀ ਜੇ ਕੋਈ ਗੋਲੀ ਲੱਗ ਜਾਏ ਤਾਂ ਕੀ ਕਰਨਾ ਇਹਨੂੰ। ਕਿੰਨਾ ਕੁ ਵੱਡਾ ਗਰੁੱਪ ਜਾਂਦਾ ਜਦੋਂ ਇਹ ਪੈਦਲ ਮਾਰਚ ਕਰਦੇ, ਤੁਹਾਨੂੰ ਦੱਸਿਆ ਉਹਨੇ ਕਦੇ? ਹਾਂਜੀ ਇਹ ਜਿੱਦਾਂ ਗਰੁੱਪ ਜਿਹੜਾ ਇਹਦਾ ਇੱਕ ਬਣਾਉਂਦੇ ਆ ਗਰੁੱਪ ਬਣਾਉਂਦੇ ਆ ਅਤੇ ਉਹਦੇ ਵਿੱਚ ਵੈਸੇ 10-10 8 ਤੋਂ 10-10 ਬੱਚੇ ਜਿੱਦਾਂ ਤਾਂ ਹੁੰਦੇ ਜਵਾਨ ਉਹ ਨਾਲ ਉਹ ਜਾਂਦੇ ਤਾਂ ਵੱਖਰੇ ਵੱਖਰੇ ਹੁੰਦੇ ਆ ਵੱਖਰੇ ਕੁਛ ਥੋੜ੍ਹੇ ਦੂਰ ਬਾਅਦ ਦੂਰ ਹੁੰਦੇ ਆ ਇਹ 8 ਕੁ ਗਰੁੱਪ ਹੁੰਦੇ ਆ ਫਿਰ ਜਿੱਦਾਂ ਫਿਰ ਇੱਕ ਬੰਦਾ ਰੇਡੀਓ ਸੈੱਟ 'ਤੇ ਬੈਠਾ ਹੁੰਦਾ ਇੱਕ ਬੰਦਾ ਦੇਖੀ ਜਾਂਦਾ ਇਹ ਹੁਣ ਲੀਡ ਕਰਦਾ ਹੁੰਦਾ ਵੀ ਇਹਦੇ ਕੋਲ ਸਾਰਾ ਹੁੰਦਾ ਮੂਹਰੇ ਵੀ ਰੇਡੀਓ 'ਤੇ ਵੀ ਗੱਲ ਕਰਨੀ ਆ ਵੀ ਪਿੱਛੇ ਵੀ ਕੀ ਹੋ ਰਿਹਾ ਜਾਂ ਕਿਉਂ ਮੂਹਰੇ ਕੋਈ ਗੜਬੜ ਹੋ ਗਈ ਜਾਂ ਕੋਈ ਗੋਲੀ ਚੱਲ ਗਈ ਆ ਤਾਂ ਕੀ ਕਰਨਾ ਫਿਰ ਪਿੱਛੇ ਇਨਫੋਰਮੇਸ਼ਨ ਵੀ ਦੇਣੀ ਹੁੰਦੀ ਕੋਈ ਜ਼ਖਮੀ ਹੋ ਗਿਆ ਜਾਂ ਕੋਈ ਲੁਕਿਓ ਆ ਫਿਰ ਉਹਨਾਂ ਨੂੰ ਫਿਰ ਜਿੱਦਾਂ ਦੂਰਬੀਨ ਰਾਹੀਂ ਦੂਰੋਂ ਦੇਖ ਕੇ ਵੀ ਦੱਸਣਾ। ਜਦੋਂ ਇਹ ਸਾਰਾ ਦਿਨ ਕਰਦੇ ਸੀ ਕਿ ਥੋੜ੍ਹਾ ਜਿਹਾ ਰੈਸਟ ਵੀ ਮਿਲਦਾ ਸੀ ਇਹਨਾਂ ਨੂੰ ਜਿਵੇਂ ਬਾਹਰ ਗਏ ਆ ਇਹ ਆਪਣਾ ਇਹਨੇ ਦੱਸਿਆ ਕਦੇ ਆਣ ਕੇ ਆਪਣੀ ਸਟੋਰੀ ਵੀ ਅਸੀਂ ਕਿੰਨੇ ਘੰਟੇ 24 ਘੰਟਿਆਂ 'ਚ ਆਪਣੀ ਜੋਬ ਕਰਦੇ ਸੀ? ਰੈਸਟ ਦੇ ਵਿੱਚ ਇਸ ਤਰ੍ਹਾਂ ਸੀਗਾ ਉਹ ਦੱਸਦਾ ਸੀਗਾ ਕਹਿੰਦਾ ਵੀ ਰੈਸਟ ਕਈ ਵਾਰੀ ਤਾਂ ਹਫ਼ਤਾ ਹਫ਼ਤਾ ਨਹੀਂ ਹੁੰਦੀ ਜਦੋਂ ਚੱਲ ਗਏ ਆ ਕਈ ਵਾਰੀ ਸੱਤ ਪੰਜ ਛੇ ਦਿਨਾਂ ਬਾਅਦ ਵਾਪਸ ਬੇਸ 'ਤੇ ਆਉਣਾ ਪੈਂਦਾ ਸੀਗਾ ਨਾ ਕੋਈ ਨਹਾਉਣ ਧੋਣ ਖਾਣਾ ਪੀਣਾ ਇਹਨਾਂ ਦਾ ਨਾਲ ਹੁੰਦਾ ਉਹ ਪੈਕਡ ਹੁੰਦਾ ਸੀਗਾ ਅਤੇ ਉਹ ਇੱਕ ਇਹਨਾਂ ਦਾ ਮਿਲਟਰੀ ਦਾ ਆਪਣਾ ਖਾਣਾ ਆ ਵੀ ਉਹ ਪੈਕ ਇੱਦਾਂ ਦੇ ਆ ਵੀ ਜੇ ਉਹਨੂੰ ਪੈਕ ਨੂੰ ਖੋਲ੍ਹੋ ਉਹ ਆਟੋਮੈਟਿਕ ਉਹਨੂੰ ਗਰਮ ਕਰ ਦਿੰਦਾ ਸੀਗਾ ਉਹ ਮਤਲਬ ਰੈਡੀਮੇਡ ਪੈਕ ਬਣੇ ਹੁੰਦੇ ਆ ਉਹਨੂੰ ਜਿਸ ਵੇਲੇ ਓਪਨ ਕਰਨਾ ਉਹਨੇ ਇੱਕਦਮ ਉਹਨੂੰ ਹੀਟ ਦੇ ਦੇਣੀ ਅਤੇ ਉਹਨੂੰ ਗਰਮ ਹੋ ਜਾਣਾ ਅਤੇ ਉਹ ਨਾਲ ਹੋਣੇ ਅਤੇ ਪਾਣੀ ਨਾਲ ਹੋਣਾ ਅਤੇ ਹਫ਼ਤਾ ਹਫ਼ਤਾ ਨਹੀਂ ਆਉਣਾ ਤਾਂ ਸਮਝ ਲਓ ਵੀ ਇੱਕ ਇੱਕ ਹਫ਼ਤਾ ਫਿਰ ਨਹਾਉਣ ਦਾ ਟਾਈਮ ਵੀ ਨਹੀਂ ਕਿਤੇ ਪਾਣੀ ਟੱਕਰ ਗਿਆ ਟੋਭੇ ਟਾਏ ਨਹਿਰਾਂ ਨੂੰ ਨਾ ਉਹਦੇ 'ਚ ਛਾਲਾ ਛੂਲਾ ਮਾਰ ਕੇ ਨਾ ਕਹਿੰਦਾ ਸੀ ਨਹਾ ਲੈਣਾ ਵੀ ਨਹਾ ਲਓ ਕੋਈ ਨਹੀਂ ਅਤੇ ਕਹਿੰਦਾ ਮਤਲਬ ਕਾਫ਼ੀ ਦਿਨ ਤਕਲੀਫ ਕੱਟਣੀ ਪੈ ਰਹਿੰਦੀ ਆ ਸੌਣ ਦਾ ਟਾਈਮ ਵੀ ਨਹੀਂ ਹੁੰਦਾ ਇੰਨੀ ਔਖੀ ਜੋਬ ਆ ਫਿਰ ਵੀ ਦੇਖ ਲਓ ਆਪਣੇ ਜਿਹੜੇ ਜਿਨ੍ਹਾਂ 'ਚ ਜਜ਼ਬਾ ਹੈਗਾ ਆਪਣੇ ਨੌਜਵਾਨਾਂ 'ਚ ਉਹ ਜ਼ਰੂਰ ਜਾਂਦੇ ਆ ਵੀ ਅਸੀਂ ਵੀ ਯਾਰ ਇਹ ਜਾਣਾ ਜੋ ਮਰਜ਼ੀ ਹੋ ਜਾਵੇ ਜਜ਼ਬੇ ਦੀ ਤਾਂ ਗੱਲ ਇਸ ਤਰ੍ਹਾਂ ਹੈਗੀ ਵੀ ਜਿਸ ਤਰ੍ਹਾਂ ਬੰਦੇ ਨੂੰ ਹੁਣ ਇੱਕ ਵਾਰੀ ਇਹ ਜਿੱਦਾਂ ਜਾਏ ਵੇ ਉਹਨੂੰ ਪਤਾ ਹੁੰਦਾ ਵੀ ਇੱਥੇ ਕੀ ਹੋ ਰਿਹਾ ਕਿੰਨੀ ਤਕਲੀਫ਼ ਆ ਰਹੀ ਆ ਲੇਕਿਨ ਦੂਸਰੀ ਵਾਰ ਜਾਣ ਲਈ ਉਹ ਤਿਆਰ ਹੋਣਾ ਤਾਂ ਉਹਦੇ ਜਜ਼ਬਾ ਉਹਦੇ ਵਿੱਚ ਉਹਦੇ ਮਨ 'ਚ ਕੁਛ ਜਿਹਦਾ ਕੋਈ ਭਾਉ ਨਹੀਂ ਕਿਸੇ ਕਿਸਮ ਦਾ ਪਹਿਲੀ ਵਾਰੀ ਇਹ ਗਿਆ ਉਦੋਂ ਇਹ ਠੀਕ ਠਾਕ ਆ ਗਿਆ ਵਾਪਸ ਕੋਈ ਹਾਂਜੀ ਉਦੋਂ ਕੋਈ ਪ੍ਰੋਬਲਮ ਲੇਕਿਨ ਇਹਨੇ ਸਾਨੂੰ ਦੱਸਿਆ ਇਹਦੇ ਨਾਲ ਦੇ ਮੁੰਡਿਆਂ ਨਾਲ ਹੋਈ ਆ ਲੇਕਿ�ਨ ਸਾਨੂੰ ਇਹਨੇ ਇੱਦਾਂ ਬਹੁਤ ਕਲੀਅਰ ਨਹੀਂ ਦੱਸਿਆ ਵੀ ਉੱਥੇ ਇੱਦਾਂ ਹੋਈ ਆ ਜੇ
ਵੀ ਉੱਥੇ ਇੱਦਾਂ ਵੀ ਹੁੰਦੀ ਆ ਹਾਂਜੀ ਅਤੇ ਗਰੁੱਪ ਦੇ ਨਾਲ ਦੇ ਬੰਦੇ ਜਿੰਨੇ ਵੀ ਅਤੇ ਤਕਰੀਬਨ ਕੋਈ 500-600 ਹੁੰਦਾ ਬਟਾਲੀਅਨ ਇਹਨਾਂ ਦੀ ਪੂਰੀ ਜਾਂਦੀ 500-600 ਜਵਾਨ ਹੁੰਦਾ ਉਹਦੇ 'ਚ ਵਿੱਚੇ ਅਫਸਰ ਵਿੱਚੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਅਤੇ ਉਹ 500-600 ਹੁੰਦਾ ਉਹ 500-600 ਬੰਦੇ ਵਾਪਸ ਜਦੋਂ ਆਉਂਦੇ ਆ ਅਤੇ ਉਹ ਫਿਰ ਇਹਨੇ ਸਾਨੂੰ ਦੱਸ ਕਦੀ ਅੱਜ ਤੱਕ ਦੱਸਿਆ ਨਹੀਂ ਵੀ ਉੱਥੇ ਇੱਦਾਂ ਕੁਛ ਹੁੰਦਾ ਨਹੀਂ ਤਾਂ ਬੰਦਾ ਕਹਿੰਦਾ ਇਹਨਾਂ ਨੇ ਡਰ ਜਾਣਾ ਮੇਰੇ ਤੋਂ ਵੀ ਉੱਥੇ ਇੱਦਾਂ ਹੁੰਦਾ ਤਰੱਕੀ ਹੁੰਦੀ ਰਹੀ ਤੇ ਇਹ ਦੱਸਦਾ ਤਾਂ ਏਦਾਂ ਸੀਗਾ ਵੀ ਅਸੀਂ ਇੱਥੇ ਗਏ ਏਦਾਂ ਆਹ ਕੀਤਾ ਵੀ ਉਹ ਕੁਛ ਥੋੜਾ ਜਿਹਾ ਫਰਕ ਸੀਗਾ ਵੀ ਆਪਣੇ ਪੰਜਾਬੀ ਬੋਲਦੇ ਆ ਤੇ ਜਿੱਦਾਂ ਪੰਜਾਬੀ ਸਮਝਦੇ ਆ ਉੱਥੇ ਥੋੜੇ ਜਿਹੇ ਇੰਟਰਪ੍ਰੇਟਰ ਆ ਜਿਹੜੇ ਸੀਗੇ ਪਾਕਿਸਤਾਨੀ ਸੀ ਹੁੰਦੇ ਜਾਂ ਅਫਗਾਨੀ ਹੁੰਦੇ ਉਹ ਆਪਣੀ ਭਾਸ਼ਾ ਬੋਲ ਲੈਂਦੇ ਸੀਗੇ ਅਤੇ ਸਮਝ ਜਾਂਦੇ ਸੀਗੇ ਬੋਲਦੇ ਤਾਂ ਨਹੀਂ ਸੀ ਇਹ ਫਿਰ ਥੋੜ੍ਹਾ ਜਿਹਾ ਇਹਨਾਂ ਨੂੰ ਫਾਇਦਾ ਨਾਲ ਦੇ ਮੁੰਡੇ ਇਹਨਾਂ ਨਾਲ ਗੱਲ ਹੋਈ ਸੀ ਬਾਅਦ ਵਿੱਚ ਉਹ ਕਹਿੰਦੇ ਵੀ ਸਾਨੂੰ ਇਹਦਾ ਵੀ ਇੰਨਾ ਫਾਇਦਾ ਹੁੰਦਾ ਸੀਗਾ ਵੀ ਉੱਥੇ ਕੋਈ ਕਿਸੇ ਦਾ ਕੋਈ ਚੀਜ਼ ਬਾਜ਼ਾਰ 'ਚੋਂ ਕੋਈ ਚੀਜ਼ ਵੀ ਲੈਣੀ ਆ ਅਤੇ ਇਹਨੂੰ ਕਹਿ ਦੇਣਾ ਵੀ ਤੂੰ ਪੁੱਛ ਉਹਨਾਂ ਨੂੰ ਤਾਂ ਕਹਿੰਦਾ ਉਹ ਸਮਝ ਜਾਂਦੇ ਸੀ ਕੀ ਮੰਗਦੇ ਆ ਵੀ ਕਿਹੜੀ ਚੀਜ਼ ਚਾਹੀਦੀ ਆ ਕਿ ਜਿੱਦਾਂ ਕੋਈ ਆਂਡੇ ਲੈਣ ਜਾਣਾ ਜਾਂ ਕੋਈ ਮੀਟ ਲੈਣ ਜਾਣਾ ਕੋਈ ਫਰੂਟ ਲੈਣ ਜਾਣਾ ਅਤੇ ਉਹਨਾਂ ਨੂੰ ਫਿਰ ਸਮਝ ਆਉਣਾ ਔਖਾ ਸੀ ਤਾਂ ਇਸ ਉਸ ਬਹੁਤ ਜ਼ਿਆਦਾ ਬੰਦੇ ਸਮਝ ਜਾਂਦੇ ਸੀ ਆਪਣੇ ਪੰਜਾਬੀ ਨੂੰ ਬੜੀ ਵਧੀਆ ਇਹ ਵੀ ਇੱਕ ਹੈਗਾ ਵੱਖਰਾ ਜਿਹਾ ਸਟਾਈਲ ਆਪਣੇ ਰਹਿਣ ਦਾ ਆਪਣੇ ਬੰਦਿਆਂ ਦਾ ਪਰ ਜਦੋਂ ਕੁਰਬਾਨੀਆਂ ਹੋ ਜਾਂਦੀਆਂ ਤਾਂ ਉਹ ਫਿਰ ਸਾਰਾ ਕੁਛ ਖਤਮ ਹੋ ਜਾਂਦਾ ਪਰ ਨਾਂ ਤਾਂ ਹਮੇਸ਼ਾ ਰਹਿੰਦਾ ਬੰਦੇ ਦਾ ਵੀ ਇਹ ਬੰਦਾ ਹੈਗਾ ਸੀ ਅੱਜ ਜੇ ਅਸੀਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਊਧਮ ਸਿੰਘ ਨੂੰ ਜਾਂ ਹੋਰ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਹਰ ਤੱਕ ਯਾਦ ਕਰਦੇ ਹਾਂ ਉਹਨਾਂ ਨੇ ਵੀ ਆਪਣੇ ਕੰਟਰੀ ਲਈ ਜਿਹੜਾ ਸ਼ਹਾਦਤਾਂ ਦਿੱਤੀਆਂ ਸੀ ਇਹਦਾ ਕੰਟਰੀ ਤਾਂ ਇਹੋ ਸੀ ਬਚਪਨ 'ਚ ਆ ਗਿਆ ਸੀ ਤਾਂ ਇੱਥੇ ਆਪਣੇ ਉਸ ਕੰਟਰੀ ਲਈ ਉਹਨੇ ਸ਼ਹਾਦਤ ਦਿੱਤੀ ਬੜੀ ਇਹ ਮਾਣ ਵਾਲੀ ਗੱਲ ਆ ਅਗਲੀ ਗੱਲ ਆਪਾਂ ਕਰਦੇ ਹਾਂ ਇਹ ਫਿਰ 3 ਸਾਲਾਂ ਬਾਅਦ ਇਹਦਾ ਮਤਲਬ ਪੂਰਾ ਹੋ ਗਿਆ ਇੱਕ ਵਾਰੀ ਕਿਸ ਤਰ੍ਹਾਂ ਇਸ 'ਤੇ ਮਤਲਬ ਜਦੋਂ ਇੱਕ ਡਿਪਲੋਇਮੈਂਟ ਹੋਣ ਤੋਂ ਬਾਅਦ ਫਿਰ ਜਿੱਦਾਂ ਜਿੰਨਾ ਚਿਰ ਇੱਥੇ ਰਿਹਾ ਉਸ ਤੋਂ ਬਾਅਦ ਫਿਰ 4 ਸਾਲ ਦਾ ਕੰਟਰੈਕਟ ਹੁੰਦਾ 4 ਸਾਲ ਦੇ ਵਿੱਚ ਮਤਲਬ ਜੋ ਵੀ ਕਰਨਾ 4 ਸਾਲ ਜਾਣਾ 4 ਸਾਲ ਤੋਂ ਬਾਅਦ ਜੇ ਬਾਅਦ 'ਚ ਜਾਣਾ ਤਾਂ ਫਿਰ ਐਕਸਟੈਂਡ ਕਰਾਉਣਾ ਤੇ ਜਿਸ ਤਰ੍ਹਾਂ ਪਹਿਲੀ ਵਾਰੀ ਸੁੱਖੀ ਸੰਦ ਦੀ ਵਾਪਸ ਆ ਗਿਆ ਪਹਿਲੇ ਸੁੱਖੀ ਸੰਦ ਦੀ ਵਾਪਸ ਆ ਗਿਆ ਦੂਜੀ ਵਾਰੀ ਤਾਂ ਸਾਨੂੰ ਚਲੋ ਦੁਬਾਰਾ ਜ਼ਰੂਰੀ ਨਹੀਂ ਸੀ ਜਾਣਾ ਵੀ ਦੂਜੀ ਵਾਰੀ ਜਾਣਾ ਉਹਦੀ ਮਰਜ਼ੀ ਸੀ ਹਾਂਜੀ ਉਹਦੀ ਮਰਜ਼ੀ ਸੀਗੀ ਪਰ ਜਿਸ ਤਰ੍ਹਾਂ 4 ਸਾਲ ਦਾ ਟਾਈਮ ਉਹਦੇ ਕੋਲ ਹੋਣਾ ਜ਼ਰੂਰੀ ਸੀਗਾ ਉਹਦੇ ਕੋਲ 4 ਸਾਲ ਦਾ ਟਾਈਮ ਸੀ ਉਹਦੇ ਕੋਲ 3 ਮਹੀਨੇ ਘੱਟ ਸੀਗੇ ਅਤੇ 3 ਮਹੀਨੇ ਉਹ ਫਿਰ ਭੇਜ ਨਹੀਂ ਸੀ ਜ਼ਬਰਦਸਤੀ ਨਹੀਂ ਸੀ ਭੇਜ ਸਕਦੇ ਵੀ ਤੂੰ ਤੇਰੇ ਤੈਨੂੰ ਅਸੀਂ ਜ਼ਬਰਦਸਤੀ ਤੈਨੂੰ ਐਕਸਟੈਂਡ ਕਰਨਾ ਟਾਈਮ ਉਸ ਵਾਰ ਫਿਰ ਉਹਨਾਂ ਤੋਂ ਪੁੱਛਣਾ ਪੈਂਦਾ ਵੀ ਤੂੰ ਜਾਣਾ ਇਹਨਾਂ ਆਪ ਵਲੰਟਰੀ ਕਿਹਾ ਉਹਨਾਂ ਨੂੰ ਵੀ ਮੈਂ ਜਾਣਾ ਚਾਹੁੰਦਾ ਵੀ ਮੈਨੂੰ ਐਕਸਟੈਂਡ ਮੇਰਾ ਪੀਰੀਅਡ ਐਕਸਟੈਂਡ ਕੀਤਾ ਜਾਵੇ ਤੇ ਫਿਰ ਦੁਬਾਰਾ ਫਿਰ ਆਪਣੀ ਮਰਜ਼ੀ ਨਾਲ ਦੂਜੀ ਵਾਰ ਆਪਣੀ ਮਰਜ਼ੀ ਨਾਲ ਗਿਆ ਐਡਾ ਕੀ ਰੀਜ਼ਨ ਸੀ ਜਿਹੜਾ ਕਹਿੰਦਾ ਸੀ ਮੈਂ ਦੁਬਾਰਾ ਜਾਣਾ ਰੀਜ਼ਨ ਤਾਂ ਕਹਿੰਦਾ ਸੀ ਕਹਿੰਦਾ ਵੀ ਮੇਰੇ ਨਾਲ ਜਨਾਂ ਦੀ ਉਹ ਟ੍ਰੇਨਿੰਗ ਕਰਦਾ ਸੀ ਤੁਹਾਨੂੰ ਦੱਸਿਆ ਮੈਂ ਜਿੱਦਾਂ ਵੀ ਉਹ ਡੈਜ਼ਰਟ ਦੇ ਵਿੱਚ ਜਦੋਂ ਸੀ ਉਹ ਨਵੇਂ ਮੁੰਡੇ ਸੀਗੇ ਵੀ ਉਹਨਾਂ ਨੇ ਵੀ ਉਹਨਾਂ ਤੋਂ ਵੀ ਡਿਪਲੋਇਮੈਂਟ 'ਚ ਉਹਨਾਂ ਦਾ ਨਾਂ ਆਇਆ ਸੀ ਵੀ ਇਹਨਾਂ ਨੇ ਵੀ ਜਾਣਾ ਅਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਤੁਸੀਂ ਜਾ ਕੇ ਆਏ ਹਾਂ ਅਤੇ ਸਾਨੂੰ ਬਿਲਕੁਲ ਨਵੇਂ ਆ ਸਾਨੂੰ ਪਤਾ ਨਹੀਂ ਲੱਗਣਾ ਉੱਥੇ ਕੀ ਹੋਣਾ ਵੀ ਤੁਸੀਂ ਸਾਡੇ ਨਾਲ ਚਲੋ ਵੀ ਤੁਸੀਂ ਵੀ ਡਿਪਲੋਇਮੈਂਟ ਸਾਡੇ ਨਾਲ ਚਲੋ ਫਿਰ ਅਤੇ ਕਹਿੰਦਾ ਕਹਿੰਦਾ ਵੀ ਮੈਂ ਉਹਨਾਂ ਕਰਕੇ ਵੀ ਮੈਂ ਕਿਹਾ ਚੱਲ ਮੈਂ ਉਹ ਡਰਦੇ ਸੀ ਵੀ ਇਹਨਾਂ ਨੂੰ ਪਤਾ ਨਹੀਂ ਉੱਥੇ ਕੀ ਹੋਣਾ ਗਾਈਡ ਉਹ ਗਾਈਡ ਚਾਹੁੰਦੇ ਵੀ ਚਲੋ ਇੱਕ ਬੰਦਾ ਨਾਲ ਹੋਵੇ ਸਾਨੂੰ ਪਤਾ ਹੋਊਗਾ ਕਿ ਜਦੋਂ ਅਤੇ ਇਹ 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 ਫਿਰ ਕਿ ਇਹਨਾਂ ਆਪਣਾ ਕਹਿੰਦਾ ਓਕੇ ਵੀ ਮੈਂ ਵੀ ਆਪਣਾ ਨਾਂ ਦੇ ਦਿੱਤਾ ਫਿਰ ਦੁਬਾਰਾ ਨਾਂ ਦੇ ਨਹੀਂ ਨਹੀਂ ਫਿਰ ਜਾ ਨਹੀਂ ਸੀ ਸਕਦਾ ਇਹਦਾ ਟਾਈਮ ਮਿਲਣੀਆਂ ਸੀਗੀਆਂ ਅਮਰੀਕਨ ਗਵਰਨਮੈਂਟ ਦੀਆਂ ਉਹ 4 ਸਾਲ ਬਾਅਦ ਉਹ ਮਿਲ ਜਾਣੀਆਂ ਸੀਗੀਆਂ ਮਿਲਣੀਆਂ ਸੀਗੀਆਂ ਬਹੁਤ ਜ਼ਿਆਦਾ ਫੈਸਿਲਿਟੀਜ਼ ਹੁੰਦੀਆਂ ਜਿਹੜਾ ਇੱਥੇ ਮਿਲਟਰੀ ਹਾਂਜੀ ਹਾਂਜੀ ਸਾਰਾ ਕੁਝ ਪੜ੍ਹਾਈ ਫ੍ਰੀ ਹੁੰਦੀ ਆ ਜਦੋਂ ਹਰੇਕ ਜਗ੍ਹਾ ਜੋਬ 'ਤੇ ਪ੍ਰੈਫਰੈਂਸ ਫਸਟ ਹੈ ਹਾਂਜੀ ਸਾਰਾ ਕੁਝ ਦੂਜੀ ਵਾਰੀ ਇਹ ਫਿਰ ਆਪਣੇ ਆਪ ਆਪਣੀ ਮਰਜ਼ੀ ਨਾਲ ਗਿਆ ਹਾਂਜੀ ਦੂਸਰੀ ਵਾਰ ਸੰਤ ਫਿਰ ਜਦੋਂ ਪਤਾ ਲੱਗਾ ਵੀ ਅਨਜਾਣਾ ਅਤੇ ਫਿਰ ਇੱਕ ਵਾਰ ਘਰ ਆਇਆ ਤਾਂ ਮੈਂ ਪੁੱਛਿਆ ਕਹਿੰਦਾ ਨਹੀਂ ਉਹ ਮੈਂ ਫਿਰ ਉਹਨੂੰ ਦੱਸਿਆ ਨਾ ਮੈਂ ਉਹ ਮੁੰਡੇ ਕਹਿੰਦੇ ਸੀ ਮੈਂ ਕਿਹਾ ਮੈਂ ਚੱਲ ਜਾਣਾ ਅਤੇ ਮੈਂ ਨਾਲ ਚੱਲ ਜਾਣਾ ਮੈਂ ਜਾਣਾ ਉਹਦਾ ਉਹਨਾਂ ਕਰਕੇ ਮੈਂ ਨਾਂ ਲਿਖਾਇਆ ਜਦੋਂ ਗਿਆ ਜਦੋਂ ਪਹਿਲੀ ਵਾਰੀ ਦੂਜੀ ਵਾਰੀ ਜਦੋਂ ਗਿਆ ਅਤੇ ਕਿੰਨੀ ਕੁ ਦੇਰ ਬਾਅਦ ਭਾਣਾ ਵਰਤ ਗਿਆ ਸੀ ਅਜੇ ਦੂਜੀ ਵਾਰ ਮਾਰਚ ਦੇ ਵਿੱਚ ਗਏ ਸੀਗੇ ਅਸੀਂ ਮਾਰਚ ਤੋਂ ਅਪ੍ਰੈਲ ਮਈ ਜੂਨ ਦੇ ਵਿੱਚ 3 ਮਹੀਨਿਆਂ 'ਚ ਤਿੰਨ ਚਾਰ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਵਾਰਦਾਤ ਹੋਈ ਸਾਰੀ ਤੁਹਾਨੂੰ ਤਾਂ ਦੱਸਿਆ ਹੁਣ ਉਹਨਾਂ ਨੇ ਬਾਅਦ 'ਚ ਹਾਂਜੀ ਵਾਰਦਾਤ ਇੱਦਾਂ ਸੀ ਕਿ ਵੀ ਇਹ ਜਿੱਦਾਂ ਪੂਰਾ ਇਹ ਜਿੱਦਾਂ ਬਟਾ ਗਰੁੱਪ ਸੀਗਾ ਇਹ ਜਾ ਰਹੇ ਸੀ ਪੈਟਰੋਲਿੰਗ ਕਰਦੇ ਹੁੰਦੇ ਸੀਗੇ ਵੀ ਆਸੇ ਪਾਸੇ ਦੇਖੀ ਜਾਣਾ ਅਤੇ ਫਿਰ ਜ ਉੱਥੇ ਵੀ ਇੱਕ ਕਿਸੇ ਚੀਜ਼ ਦੀ ਓਟ ਲੈ ਕੇ ਅਤੇ ਤਾਂ ਉਹਨੂੰ ਸਿਰ ਕੱਢ ਕੇ ਅਤੇ ਦੇਖਣਾ ਹੁੰਦਾ ਵੀ ਗੋਲੀ ਆ ਰਹੀ ਹੈ ਤਾਂ ਕਿੱਧਰੋਂ ਆ ਰਹੀ ਆ ਉਹ ਫਿਰ ਇਹਨਾਂ ਨੂੰ ਜਿੱਦਾਂ
दूरबीन के नाल देख रहे थे एक दो बार जिदा सिर कट के देख देखना सिर कट के देखना पैंदा सी जिहड़ा लीड करता लीडर नूं जाना पैंदा बाकी थले लम्मे पए होंदे जां एम करके बैठे होंगे भी कि उन्होंने दसना होंगे नहीं तू इस जगह पर गोली मारो उस सिर बार कढ़िया तो मूहरे कि जिदा और जोड़े बंदे लुके से को स्नाइपर गन हो गई स्नाइपर गन के नाल उन्हें शूट शूट कर दिता गोली ओदा पूरी बटालीयन च इन्हों सतारा बन मुंडे मरे से बटा पूरी बटालीयन जी 15 बटालीयन के सतारा बंद की डैथ हुई टोटल नौ महीनों के गोली बज गई पर ठीक है जी अभी मार दिता जिदा कोई बंदा जल्दी फिर डॉक्टर जो भी जिदा कट जाए पता जो होगा मेडिकल उन्होंने दसिया कर सह लैन की सह भी कहना लिया सिकिंट मुंडे ना गल हुई सी फिर कहना नहीं भी ना ही डैथ हो गई उ लोकल ब्रांच ऑफिस चो बंदे घर आ गए फिर उन्होंने गलबात हुई फिर तीसरे के दिन बॉडी आ गई तीजे दिन अस जाके लैके आए माहौल बन गया सी पर माण भी सीगा भी चलो साडे बच्चे ने साडे नौजवान ने साडी कौम च जिहड़ा ना बड़ा उन्होंने उच्चा किया मीह पै रहा सी मैनूं याद आ इस तरह लगता है रब भी जिम्मे उदन रोंदा सी बूंदाबांदी हो रही थी उदो तो मतलब काफ़ी वो जो समा सी बड़ा मतलब माहौल उदो इस तरह का सगा भी देखना भी औखा सी तुहाडा कल्ला कल्ला बच्चा 21 साल का हाँ जी चलो दुनिया के आया बंदे ने जाना तो होंदा ही आ सानू इत्थे अमरीका दे विच कोई शायद कोई ना जानता अं कर जो भी करते इतने काम करके चले जाना कर इदा जिंदगी निकल जानी सी लेकिन हुण सानू जे कोई पहचान हैगी है तो सानू उहदे करके ही आ भावें गोरे होण जां भावें पंजाबी होण जिथे मर्जी होण जे पता जिन्हां पता लगता तो वह सलाम भी करते सलूट भी करते सानू जे कितें भी मिले तो हुण साडा जे साडी जे पहचान आ शहादत करके ही होई है कहना सौखा जिदा बच्चा जाता वो दिल में पता पर मैं ये बड़ा तुहानू भी नाल नाल मैं सलूट करदा मैं तुहाडे बच्चे नू भी सलूट करदा कि परिवार इहो जिहे परिवार च उसने जन्म लिया जे अज आप गल करते हैं जिवें मैं पहला कहा कि शहीद करतार सिंह सराभा शहीद उधम सिंह शहीद भगत सिंह होर बड़े शहीद हुए साडे गुरुआं चो किन्ने गुरुआं ने साडे उन्हां दे परिवारां दे परिवार जिहड़े आ उन्हां ने शहादतां दित्तियां असीं तां उसे विरसे चो ही आए हैं उस धर्म च साड़ी जी उत्पत्ति हुई है तो सानू वो जो माण आडे गुरुआ तो सू जी गुड़ती मिली है तो उस करके अज असी शहीद देने तो भी घबराते नहीं तो जे शहीद दे भी दें तो गुरुआ के इतिहास में देखते हुए सानू ए महसूस होंगे कि जे वो साढ़े गुरु दे सकते हैं परिवार की शहादत दे असी कि बाग की मूली कह सकते हैं बड़ी वड्डी गल तो सब तो वड्डी गल ये भी है भी साढ़े गुरप्रीत का जन्मदिन जो 28 सितंबर है तो उस दिन शहीद भगत सिंह भी याद किया जाता कि उस दिन उन्हों का भी जन्मदिन है तो इस करके सू उस वक्त दोनों ही सू याद करना पैंता शहीदों को भी उन्होंने भी जन्मदिन उस दिन इसका भी 28 सितंबर का 28 सितंबर का जन्मदिन है बड़े मान की गल है असीं चाहवांगे कि इस तो पहला कि आप अगली गलबात करिए तो थोड़ा जा तुहाडी एल्बम है बड़ी वधिया एल्बम है देख रहा मैं इहदे विच तुसीं देख सकते हो कि एल्बम की जिहड़ी जैकट आ इहो जैकट आ जिहड़ी कि शहीद गुरप्रीत सिंह दी अपनी जिहड़ी उहदी यूनीफॉर्म सी उहदी जैकट इन्हां ने एल्बम की बनाई है एल्बम ने जिहड़ी जैकट आ उहदी अपनी यूनीफॉर्म तो रियल आ उहदी जिहड़ी यूनीफॉर्म तो उहदी एल्बम उन्होंने बनाई है तो
असी वैसे भी तुहानू होर भी फोटो दिखावांगे बाद च, ते ये काफ़ी सारिया फोटो जिहड़ियां हैगियां ये मतलब देख रहे असी उहदे बचपन तो लैके उहदे परिवारक मैंबर जदों डिग्री हुई या होर आपदे सारी यूनिट है देख के मन तो भर हुंदा पर माण भी हुंदा इहदे च ये गल है माण भी हुंदा ते मन भी भरदा। ठीक है जी, ये बहुत माण वाली गल है कि तुसीं एक अजिहे पुत्तर नूं जन्म दिता तुहाडे घर च उहने जन्म लिया जिन्हें साडे सिख कौम दा नां बहुत उच्चा किया रहिंदी दुनिया तक गुरप्रीत सिंह नूं जिहड़े अमेरिकन लोग आ उह याद रखणगे। असीं चले जाँगे असीं कुछ नहीं किया होरां ने कुछ नहीं किया जिन्हां ने उहनां ने चले जाणा मरना सारिआं ने इक दिन पर जो शहादत दे के जिहड़ा बंदा सदा लई अमर हो जांदा वो बहुत वड्डी गल है इहदी कुरबानी मेरे हिसाब नाल अजाई नहीं जाएगी ते सिख कौम हमेशा तुहाडी भी रहिणी रहेगी ते अरदास करदे आ वाहिगुरू उहनूं अपने चरणां विच निवास बख्शे। एक मैं होर ऐड करना चाहुंदा कि इस वक्त साडा काम प्रोग्राम चल रहा अर्लिंगटन जिहड़ा नैशनल सिमेंटरी है जिते विच सिर्फ शहीदां दीआं ही ਕਬਰਾਂ ਆ ਜਾਂ ਜੋ ਉੱਥੇ ਉਹਨਾਂ ਨੂੰ ਕ੍ਰੀਮੇਸ਼ਨ ਬਰੀ ਕੀਤਾ ਆ ਉਸ ਜਗ੍ਹਾ 'ਤੇ ਅਸੀਂ ਇੱਕ ਪਲੈਕ ਲਗਵਾ ਰਹੇ ਹਾਂ ਜਲਦੀ ਹੀ ਉਹ ਬਣ ਜਾਏਗਾ ਉੱਥੇ ਉਸ ਸੀਮੈਂਟਰੀ ਦੇ ਵਿੱਚ ਜਿੱਥੇ ਹਰ ਸਾਲ ਮੈਮੋਰੀਅਲ ਡੇ ਦੇ ਉੱਤੇ ਪ੍ਰੈਜੀਡੈਂਟ ਜਾ ਕੇ ਉਹਨਾਂ ਨੂੰ ਯਾਦ ਕਰਦਾ ਉੱਥੇ ਅਸੀਂ ਉਸ ਗੁਰਪ੍ਰੀਤ ਸਿੰਘ ਦੇ ਨਾਂ ਦਾ ਪਲੈਕ ਲਗਾ ਰਹੇ ਹਾਂ। ਬਹੁਤ ਅੱਛੇ ਬੜੇ ਬੜੇ ਉਮੀਦ ਹੈ ਕਿ ਲਗਾ ਦਿੱਤਾ ਆ ਉਹਦੀ ਜਿਹੜੀ ਇਨੈਗੋਰੇਸ਼ਨ ਆ ਉਹ ਜੁਲਾਈ ਮਹੀਨੇ 'ਚ ਕਹਿੰਦੇ ਕਰਾਂਗੇ ਕਿਉਂਕਿ ਬੀਸੀ ਇਸ ਤੋਂ ਗੱਲ ਕੀਤੀ ਆ ਅਤੇ ਇਹਦੇ ਨਾਲ ਨਾਲ ਦੱਸੋ ਕਿ ਉਹਨੂੰ ਕੋਈ ਅਵਾਰਡ ਵੀ ਮਿਲਿਆ ਅਮੈਰੀਕਨ ਗੌਰਮੈਂਟ ਵੱਲੋਂ ਅਮੈਰੀਕਨ ਮਿਲਟਰੀ ਵੱਲੋਂ? ਅਵਾਰਡ ਤਾਂ ਬਹੁਤ ਵੱਡਾ ਅਵਾਰਡ ਮਿਲਿਆ ਜੀ ਜਿਹੜਾ ਅਮੈਰੀਕਾ ਦਾ ਜੀ ਮਿਲਟਰੀ ਦਾ ਚੌਥੇ ਨੰਬਰ ਦਾ ਅਵਾਰਡ ਆ ਬਰੋਨਜ਼ ਸਟਾਰ ਅਵਾਰਡ ਜਿਹੜਾ ਉਹ ਸ਼ਹੀਦੀ ਪਾਉਣ ਤੋਂ ਬਾਅਦ ਜਿਹੜਾ ਦਿੱਤਾ ਗਿਆ ਸੀ ਉਹ ਸਾਨੂੰ ਦਿੱਤਾ ਗਿਆ ਸੀ ਇੱਕ ਬਹੁਤ ਵੱਡੀ ਉਹਨਾਂ ਨੇ ਇੱਕ ਅਚੀਵਮੈਂਟ ਵੀ ਹੈ ਔਰ ਇੱਕ ਛੋਟੇ ਅਹੁਦੇ ਵਾਲੇ ਬੰਦੇ ਨੂੰ ਦਿੱਤਾ ਸੀ ਅਤੇ ਨੰਬਰ ਜਦੋਂ ਦਿੱਤਾ ਸੀ ਉਸ ਵਕਤ ਤਕਰੀਬਨ ਕੋਈ ਪੂਰੀ ਬਟਾਲੀਅਨ 600-700 ਜਵਾਨਾਂ ਦੇ ਵਿੱਚ ਜਾਂ ਸਾਨੂੰ ਸੱਦ ਕੇ ਕੈਂਪ ਬਟਾਲੀਅਨ 'ਚ ਸੱਦਿਆ ਸੀ ਅਤੇ ਉਹਨਾਂ ਨੇ ਪਾਰਟੀ ਕੀਤੀ ਅਤੇ ਸਾਨੂੰ ਸਪੈਸ਼ਲ ਸਨਮਾਨ ਉਸ ਦੇ ਨਾਲ ਕੀਤਾ ਗਿਆ ਸੀਗਾ। ਬਹੁਤ ਅੱਛੇ, ਤੁਸੀਂ ਦਸਤਾਰ ਸਜਾਉਂਦੇ ਹੋ ਅਤੇ ਬੜੀ ਇਹ ਵੀ ਗੱਲ ਹੁੰਦੀ ਹੈ ਜਦੋਂ ਤੁਸੀਂ ਜਾਂਦੇ ਹੋ ਉੱਥੇ ਅਤੇ ਲੋਕ ਦੇਖਦੇ ਆ ਵੀ ਇਹ ਦਸਤਾਰ ਵਾਲਾ ਭਾਈ ਇਹ ਵੀ ਸਾਡਾ ਅਮੈਰੀਕਨ ਤੁਹਾਨੂੰ ਕਦੇ ਪੁੱਛਿਆ ਵੀ ਉਹਨਾਂ ਨੇ ਸਵਾਲ ਵੀ ਹੈ ਤੁਸੀਂ ਦਸਤਾਰ ਬੰਨੀ ਹੈ ਤੁਸੀਂ ਕਿਹੜੇ ਰਿਲੀਜਨ ਤੋਂ? ਹਾਂਜੀ ਹਾਂਜੀ ਬਹੁਤ ਜ਼ਿਆਦਾ ਪੁੱਛਦੇ ਰਹਿੰਦੇ ਆ ਸ਼ਾਇਦ ਅਤੇ ਜਦੋਂ ਵੀ ਕੋਈ ਗੱਲ ਹੋਵੇ ਵੀ ਉਹ ਪੁੱਛਦੇ ਆ। ਪਿਛਲੇ ਹੀ ਹਫ਼ਤੇ ਜਦੋਂ ਸਾਡੀ ਬਰਸੀ ਕਰਕੇ ਜਿਹੜੀ ਅਸੀਂ ਇਸ ਵਾਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ 13 ਜੂਨ ਨੂੰ ਐਤਵਾਰ ਨੂੰ ਗੁਰਦੁਆਰਾ ਰੋਜ਼ਵੈਲ 10-10-90 ਮੇਨ ਸਟਰੀਟ ਦੇ ਉੱਤੇ ਅਸੀਂ ਉਹਦੀ ਬਰਸੀ ਮਨਾਉਂਦੇ ਹਾਂ। ਸਾਰਾ ਮਿਲਟਰੀ ਦਾ ਸਟਾਫ ਵੀ ਆਉਂਦਾ ਹੈਗਾ ਅਤੇ ਹਰ ਸਾਲ ਮਨਾਉਂਦੇ ਹਾਂ। ਇਸ ਵਾਰ 10ਵੀਂ ਬਰਸੀ ਮਨਾਉਣ ਕਰਕੇ ਤੁਹਾਨੂੰ ਵਾਸ਼ਿੰਗਟਨ ਤੋਂ ਇਸ ਦੇ ਨਾਲ ਹੀ ਉਹਦਾ ਉਹਨਾਂ ਦਾ ਬੱਚਾ ਬੇਟਾ ਵੀ ਸ਼ਹੀਦ ਹੋਇਆ ਸੀ ਤਾਂ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਵੀ 10ਵੀਂ ਬਰਸੀ ਆ ਵੀ ਉਹਨਾਂ ਦੀ ਉਹ ਅਪ੍ਰੈਲ 'ਚ ਨਿਕਲ ਗਈ ਸੀ ਅਤੇ ਉਹ ਵੀ ਖੁਸ਼ ਹੋਇਆ ਕਹਿੰਦਾ ਮੈਂ ਵੀ ਯਾਰ ਮੈਂ ਆਉਣਾ ਚਾਹੁੰਦਾ ਵੀ ਸ਼ਾਇਦ ਉਹ ਵੀ ਆਵੇ। ਉਹ ਵਾਸ਼ਿੰਗਟਨ ਸਿਆਟਲ ਦੇ ਕੋਲ ਰਹਿੰਦਾ ਅਤੇ ਉਹ ਵੀ ਸ਼ਾਇਦ ਪਹੁੰਚੇ ਪਰ ਉਹ ਕਹਿੰਦਾ ਮੈਂ ਦੇਖਣਾ ਚਾਹੁੰਦਾ ਵੀ ਤੁਹਾਡਾ ਰਿਲੀਜਨ ਕਿੱਦਾਂ। ਉਹ ਇੱਥੇ ਦਾ ਰੈੱਡ ਇੰਡੀਅਨ ਆ ਕਹਿੰਦਾ ਮੈਂ ਤੁਸੀਂ ਵੀ ਇੰਡੀਅਨ ਆ ਮੈਂ ਵੀ ਹੈ ਤਾਂ ਇੰਡੀਅਨ ਓਰੀਜਨਲੀ ਅਤੇ ਮੈਂ ਤੁਹਾਡਾ ਕਲਚਰ ਦੇਖਣਾ ਚਾਹੁੰਦਾ ਕਿ ਆ ਵੀ ਉਮੀਦ ਹੈ ਵੀ ਉਹ ਵੀ ਆ ਪਹੁੰਚੇਗਾ। ਬਹੁਤ ਅੱਛਾ, ਮਾਣ ਦੀ ਗੱਲ ਹੈ, ਬੜੀ ਵੱਡੀ ਗੱਲ ਹੈ। ਲੋਕ ਵੀ ਦੇਖੋ ਸਾਡੀ 9/11 ਤੋਂ ਬਾਅਦ ਜਿਹੜੀ ਮਿਸ ਆਇਡੈਂਟੀ ਜਿਹੜੀ ਬਹੁਤ ਹੋਈ ਆ ਅਮੈਰੀਕਾ 'ਚ ਅਤੇ ਇਸ ਤਰ੍ਹਾਂ ਕੋਈ ਸ਼ਹੀਦੀ ਹੁੰਦੀ ਆ ਤੁਸੀਂ ਐਡੇ ਐਡੇ ਵੱਡੇ ਇਕੱਠ 'ਚ ਜਾਂਦੇ ਹੋ ਉਹ ਤਾਂ ਤੁਹਾਨੂੰ ਦੇਖਦੇ ਦੇਖਦੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੀਡੀਆ 'ਚ ਅਮੈਰੀਕਨ ਮੀਡੀਆ 'ਚ ਜਿਹੜਾ ਤੁਹਾਡੇ ਬਾਰੇ ਉਹ ਗੱਲਬਾਤ ਕਰਦੇ ਜਦੋਂ ਤੁਹਾਡੀ ਇੰਟਰਵਿਊਜ਼ ਹੁੰਦੀ ਆ ਲੱਖਾਂ ਲੋਕ ਤੁਹਾਨੂੰ ਉਦੋਂ ਚੈਨਲਾਂ ਰਾਹੀਂ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਤੁਹਾਨੂੰ ਉਹ ਦੇਖਦੇ ਆ
ਇਹਦੇ ਨਾਲ ਸਾਨੂੰ ਆਪਣੀ ਪਛਾਣ ਬਣਾਉਣ 'ਚ ਬਹੁਤ ਮਦਦ ਮਿਲਦੀ ਹੈ। ਹੁਣ ਤਾਂ ਬਹੁਤ ਜ਼ਿਆਦਾ, ਹੁਣ ਜਿੱਦਾਂ ਆਮ ਮਿਲਟਰੀ ਫੈਮਿਲੀਆਂ ਸਾਰੀਆਂ ਸਾਨੂੰ ਜਾਣਨ ਲੱਗ ਪਈਆਂ, ਜਦੋਂ ਕਿਤੇ ਵੀ ਮਿਲਟਰੀ ਦੇ ਫੰਕਸ਼ਨ 'ਚੋਂ ਸਾਨੂੰ ਬੁਲਾਉਂਦੇ ਤਾਂ ਵੀ ਅਸੀਂ ਦਸਤਾਰ ਮੈਂ ਤਾਂ ਪਗੜੀ ਬੰਨ ਕੇ ਹੀ ਜਾਂਦਾ ਹੁੰਦਾ, ਫਿਰ ਥੋੜ੍ਹਾ ਜਿਹਾ ਡਿਫਰੈਂਟ ਲੱਗਦਾ, ਫਿਰ ਪੁੱਛਦੇ ਆ ਕੌਣ, ਫਿਰ ਉਹ ਨਾਲ ਦੇ ਬੰਦੇ ਵੀ ਇੰਟਰੋਡਿਊਸ ਕਰਾਉਂਦੇ ਵੀ ਨਹੀਂ ਇਹਨਾਂ ਦਾ ਵਿੱਚ ਬੇਟਾ ਸੀ ਗੁਰਪ੍ਰੀਤ ਸਿੰਘ, ਉਹ ਸ਼ਹੀਦ ਹੈ ਅਫਗਾਨਿਸਤਾਨ ਦੇ ਵਿੱਚ, ਸ਼ਹੀਦ ਹੈ ਉਹ, ਹੀਰੋ ਹੀਰੋ ਕਹਿੰਦੇ ਅਸੀਂ, ਅਸੀਂ ਸ਼ਹੀਦ ਕਹਿ ਦਿੰਦੇ ਹਾਂ, ਹੀਰੋ ਕਹਿ ਦਿੰਦੇ ਆ। ਅਤੇ ਇਸ ਕਰਕੇ ਆਪਣੇ ਆਪ ਨੂੰ ਵੀ ਹੁੰਦਾ ਵੀ ਮਹਿਸੂਸ ਹੁੰਦਾ ਵੀ ਨਹੀਂ ਵੀ ਇਹਨਾਂ ਦੇ ਵਿੱਚ ਜੇ ਉਹ ਆਉਂਦੇ ਹਾਂ ਤਾਂ ਆਪਣੀ ਆਈਡੈਂਟੀ ਥੋੜ੍ਹੀ ਜਿਹੀ ਸ਼ੋਅ ਕਰੋ ਵੀ ਅੱਗ ਕੱਲ੍ਹ ਜਿਹੜੇ ਅੱਗੇ ਪਿਛਲੇ ਹਾਲਾਤਾਂ ਦੇ ਵਿੱਚ ਜਾਂ ਹਜੇ ਵੀ ਹੋ ਰਹੇ ਨੇ ਵੀ ਉਹ ਅੱਗੇ ਤੋਂ ਅੱਗੇ ਥੋੜ੍ਹੇ ਘੱਟ ਜਾਣ ਅਤੇ ਨਾ ਹੋਣ। ਤੁਸੀਂ ਜਿਹੜੀ ਹੁਣ ਜਨਰੇਸ਼ਨ ਰਹਿ ਰਹੀ ਹੈ ਅਮੈਰੀਕਾ 'ਚ, ਨਵੀਂ ਜਨਰੇਸ਼ਨ ਆਉਣ ਵਾਲੀ ਹੈ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਤਾਂ ਸਭ ਨੂੰ ਇਹੀ ਦੇ ਸਕਦਾ ਵੀ ਵੱਧ ਤੋਂ ਵੱਧ ਕਿਸੇ ਵੀ ਤਰੀਕੇ ਨਾਲ, ਅਗਰ ਜੇ ਤੁਸੀਂ ਇਸ ਮੁਲਕ 'ਚ ਆਏ ਹੈ, ਇਸ ਮੁਲਕ ਦੇ ਵਿੱਚ ਹੀ ਵਿਚਰਦੇ ਹੋ, ਤਾਂ ਇਸ ਮੁਲਕ ਬਾਰੇ ਵੀ ਜ਼ਰੂਰ ਸੋਚਿਆ ਕਰੋ ਕੀ ਕੀਤਾ। ਜ਼ਰੂਰੀ ਨਹੀਂ ਹੈ ਕਿ ਮਿਲਟਰੀ 'ਚ ਜਾ ਕੇ ਵੀ ਹੋ ਸਕਦਾ, ਹੋਰ ਫੋਰਸਿਸ ਬਹੁਤ ਹੈਗੀਆਂ, ਹਰੇਕ ਡਿਪਾਰਟਮੈਂਟ 'ਚ ਜਾ ਕੇ ਤੁਸੀਂ ਉਹਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਅੱਗੇ ਆਣ ਕੇ ਦੱਸਣ ਦੀ ਵੀ ਅਸੀਂ ਵੀ ਇਸ ਕੰਟਰੀ ਬਾਰੇ ਸੋਚਦੇ ਹਾਂ, ਨਾ ਕਿ ਬਿਲਕੁਲ ਹੀ ਆਪਣਾ ਪਿਛਲਾ ਸੋਚਦੇ ਹਾਂ ਵੀ ਇਸ ਕੰਟਰੀ ਦੇ ਵਿੱਚ ਵੀ ਸੋਚਦੇ ਹਾਂ। ਬਹੁਤ ਅੱਛੇ ਵਿਚਾਰ ਹੈ ਜੀ ਤੁਹਾਡਾ, ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਅਦਾਰਾ ਪੰਜਾਬ ਮੇਲ ਵੱਲੋਂ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ। ਅਤੇ ਅਰਦਾਸ ਅਸੀਂ ਹਮੇਸ਼ਾ ਕਰਦੇ ਹਾਂ ਕਿ ਤੁਹਾਡੇ ਬੱਚੇ ਨੂੰ, ਤੁਹਾਡੇ ਆਪਣੇ ਪਰਿਵਾਰ ਨੂੰ ਜਿੱਥੇ ਭਾਣਾ ਮੰਨਣ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਬਲ ਬਖਸ਼ੇ, ਉੱਥੇ ਉਹਦੀ ਵੀ ਆਤਮਾ ਨੂੰ, ਉਹਦੀ ਰੂਹ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਅਤੇ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ। ਹਾਂਜੀ, ਬਹੁਤ 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 ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ।